ਵਾਹਿਗੁਰੂ ਜੀ ਗੁਰੂ ਨਾਨਕ ਪਗ ਪੰਕਜ ਬੰਦਨ ਪਗ ਪੰਕਜ ਬੰਦਨ ਸਿਮਰੋ ਅੰਗਦ ਦੋਖ ਨੇਕੰਦਨ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰੂ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਹਰਿ ਗੋਬਿੰਦ ਸਭ ਮਤ ਪਰੇ ਕਾਸਕ ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮੁਨਾਇ ਬੋਰੀ ਤੇਗ ਬਹਾਦਰ ਪਰਮ ਕੇਰ ਪਾਲਾ ਵਾਹਿਗੁਰੂ ਪਰਮ ਕੇਰ ਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਵਾਹਿਗੁਰੂ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਣਨ ਪਰ ਧਾਰ ਏਕ ਓਂਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ ਸਤਨਾਮ ਵਾਹਿਗੁਰੂ ਸਾਹਿਬ ਜੀ ਨਿਤਾ ਪ੍ਰਤੀ ਮੁਝ ਕੋ ਸਮਝਾਵਤ ਅਬ ਕਿਉਂ ਉਰ ਮਹਿ ਭਰਮੀ ਸ੍ਰੀ ਨਾਨਕ ਅਵਲੰਬ ਸਦਾ ਨਿਜ ਲਖਹਿ ਸੋ ਤਿਨ ਕੇ ਮਰਮੀ ਨਿਤਾ ਪ੍ਰਤੀ ਮੁਝ ਕੋ ਸਮਝਾਵਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗਰੀਬ ਨਵਾਜ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਮਹਾਰਾਜ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਵਾਰੀ ਸਾਧ ਸੰਗਤ ਜੀਓ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕੱਲ੍ਹ ਤਾਰਨ ਗੁਰੂ ਨਾਨਕ ਆਇਆ ਸਾਡੇ ਕਲਯੁਗੀ ਜੀਵਾਂ ਦਾ ਉਧਾਰ ਕਰਨ ਲਈ ਸਤਿਗੁਰੂ ਪਾਤਸ਼ਾਹ ਜੀ ਇਸ ਜਗਤ ਵਿੱਚ ਆਏ ਨੇ ਅਤੇ ਜਿਸ ਤਰੀਕੇ ਦੇ ਨਾਲ ਹਜ਼ੂਰ ਪਾਤਸ਼ਾਹ ਕਲਯੁਗੀ ਜੀਵਾਂ ਦਾ ਉਧਾਰ ਕਰਦੇ ਹਨ ਉਸ ਪਾਵਨ ਪਵਿੱਤਰ ਇਤਿਹਾਸ ਨੂੰ ਅਸੀਂ ਰੋਜ਼ਾਨਾ ਹੀ ਲੜੀਵਾਰ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦਾ ਇਤਿਹਾਸ ਸਰਵਣ ਕਰ ਰਹੇ ਹਾਂ ਧੰਨ ਸ਼ਹਿਨਸ਼ਾਹ ਪਿਤਾ ਗਰੀਬ ਨਵਾਜ ਨੇ ਬਖਸ਼ਿਸ਼ ਕੀਤੀ ਹੈ ਸੁਲਤਾਨਪੁਰ ਸਾਹਿਬ ਦੀ ਧਰਤੀ 'ਤੇ ਹਜ਼ੂਰ ਉਜਾੜ ਦੇ ਵਿੱਚ ਇਕਾਂਤ ਵਿੱਚ ਬੈਠੇ ਨੇ ਮਰਦਾਨਾ ਨੂੰ ਭੇਜ ਕੇ ਰਬਾਬ ਮੰਗਾ ਲਿਆ ਹੈ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਜਦੋਂ ਕਿਹਾ ਮਰਦਾਨਾ ਪੇ ਰਬਾਬ ਵਜਾਓ ਮਰਦਾਨੇ ਨੇ ਸੁੰਦਰ ਜਦੋਂ ਰਬਾਬ ਵਜਾਇਆ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਭਾ ਗਿਆ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਦੀ ਸਮਾਧੀ ਲੱਗੀ ਹੈ ਦੋ ਦਿਨ ਮੇਰੇ ਸਤਿਗੁਰੂ ਪਾਤਸ਼ਾਹ ਸਮਾਧੀ ਵਿੱਚ ਲੀਨ ਰਹੇ ਨੇ ਹੁਣ ਮਰਦਾਨਾ ਕੋਲ ਬੈਠਾ ਹੈ ਗੁਰੂ ਸਾਹਿਬ ਨੂੰ ਛੱਡ ਕੇ ਜਾ ਨਹੀਂ ਸਕਦਾ ਭੁੱਖ ਨੇ ਬਹੁਤ ਤੰਗ ਕੀਤਾ ਹੈ ਹੁਣ ਸੋਚਦਾ
ਗੁਰੂ ਮਹਾਰਾਜ ਦੀ ਆਗਿਆ ਤੋਂ ਬਿਨਾਂ ਗੁਰੂ ਕੋਲੋਂ ਜਾ ਨਹੀਂ ਸਕਦਾ, ਅਤੇ ਜੇ ਕੋਲ ਬਹਿੰਦਾ ਤਾਂ ਭੁੱਖ ਨੇ ਤੰਗ ਕੀਤਾ, ਅਤੇ ਸੋਚੀ ਜਾਂਦਾ ਜਦੋਂ ਗੁਰੂ ਸਾਹਿਬ ਜੀ ਨੇ ਸਮਾਧੀ ਖੋਲ੍ਹੀ ਤਾਂ ਜ਼ਰੂਰ ਬੇਨਤੀ ਕਰੂੰ ਕਿ ਮਹਾਰਾਜ ਵੀ ਮੇਰਾ ਨਹੀਂ ਤੁਹਾਡੇ ਨਿਭਾ ਹੋਣਾ। ਜਦੋਂ ਦੋ ਦਿਨ ਤੋਂ ਬਾਅਦ ਗੁਰੂ ਸਾਹਿਬ ਨੇ ਨੇਤਰ ਖੋਲ੍ਹੇ ਅਤੇ ਗੁਰੂ ਅੰਤਰਜਾਮੀ ਪੁੱਛੇ, ਮਰਦਾਨਾ ਕੀ ਹਾਲ ਹੈ? ਇਸ ਨੇ ਹੱਥ ਜੋੜ ਕੇ ਅਰਜ਼ ਕੀਤੀ ਗਰੀਬ ਨਵਾਜ਼, ਭਾਈ ਤੁਹਾਨੂੰ ਨਾ ਕੋਈ ਭੁੱਖ ਅਤੇ ਨਾ ਕੋਈ ਪਿਆਸ, ਪਰ ਮੈਂ ਤਾਂ ਸੰਸਾਰੀ ਜੀਵ ਹਾਂ, ਮੈਨੂੰ ਭੁੱਖ ਵੀ ਲੱਗਦੀ ਆ ਅਤੇ ਵੀ ਲੱਗਦੀ ਆ, ਵਸਤਰ ਵੀ ਚਾਹੀਦਾ, ਪਰ ਮਹਾਰਾਜ ਭਾਈ ਇਸ ਤਰ੍ਹਾਂ ਨਾਲ ਤੁਹਾਡੇ ਨਾਲ ਨਿਭਣਾ ਤਾਂ ਔਖਾ ਹੈ, ਇਸ ਵਾਸਤੇ ਕਿਰਪਾ ਕਰੋ ਅਤੇ ਮਹਾਰਾਜ ਜਾਂ ਤਾਂ ਮੇਰੀ ਭੁੱਖ ਮਿਟ ਦਿਓ ਅਤੇ ਨਹੀਂ ਤਾਂ ਫਿਰ ਮਹਾਰਾਜ ਮੈਂ ਤੁਹਾਡੇ ਨਾਲ ਚੱਲ ਨਹੀਂ ਸਕਦਾ। ਗੁਰੂ ਪਾਤਸ਼ਾਹ ਕਹਿੰਦੇ ਵੀ ਇਹ ਤਾਂ ਕਰਤਾਰ ਦੀ ਰਜ਼ਾ ਹੈ, ਅਤੇ ਇਸ ਵਾਸਤੇ ਬਾਕੀ ਤੂੰ ਸੋਚ ਲੈ ਜਿਵੇਂ ਤੂੰ ਕਰਨਾ। ਘਰ ਯਾਦ ਆ ਗਿਆ, ਮਰਦਾਨਾ ਕਹਿੰਦਾ ਫਿਰ ਇਹਦੇ ਨਾਲੋਂ ਤਾਂ ਘਰ ਹੀ ਠੀਕ ਮਹਾਰਾਜ, ਮੈਂ ਘਰ ਹੀ ਚੱਲਦਾ। ਗੁਰੂ ਸਾਹਿਬ ਕਹਿਣ ਲੱਗੇ ਜੇ ਜਾਣਾ ਹੀ ਹੈ ਤਾਂ ਰਬਾਬ ਬੇਬੇ ਜੀ ਨੂੰ ਫੜਾਉਂਦਾ ਜਾ, ਘਰ ਰੱਖਦਾ ਜਾ। ਰਬਾਬ ਚੁੱਕ ਕੇ ਬੇਬੇ ਜੀ ਕੋਲ ਗਿਆ, ਬੇਬੇ ਜੀ ਨੇ ਪ੍ਰੇਮ ਨਾਲ ਬਿਠਾਇਆ ਹੈ ਅਤੇ ਪੁੱਛਿਆ ਵੀ ਕਿਸ ਤਰ੍ਹਾਂ। ਕਹਿਣ ਲੱਗਾ ਜੀ ਕੁਛ ਸੁੱਖ ਸੁਨੇਹਾ ਦੇ ਦਿਓ, ਮੈਂ ਤਲਵੰਡੀ ਦੀ ਤਿਆਰੀ ਕਰ ਲਈ। ਭੈਣ ਜੀ ਹੁਣਾਂ ਨੂੰ ਬਹੁਤ ਵੈਰਾਗ ਹੋਇਆ ਕਿ ਸਤਿਗੁਰੂ ਨਾਨਕ ਪਾਤਸ਼ਾਹ ਪਰਮੇਸ਼ਰ ਰੂਪ ਹਨ, ਇਕੱਲੇ ਰਹਿ ਗਏ ਨੇ, ਉਹ ਮੌਜ ਦੇ ਮਾਲਕ ਨੇ। ਜੇ ਮਰਦਾਨਾ ਨਾਲ ਰਹਿੰਦਾ ਤਾਂ ਪਰਚਿਆ ਰਹਿਣਾ ਸੀ, ਗੁਰੂ ਸਾਹਿਬ ਦਾ ਪਰਚਾਵਾ ਬਣਿਆ ਰਹਿੰਦਾ। ਹੁਣ ਇਕੱਲੇ ਮਹਾਰਾਜ ਬੇਪਰਵਾਹ, ਹੁਣ ਪਤਾ ਨਹੀਂ ਕਿਹੜੇ ਦੇਸ਼ਾਂ ਵਿਦੇਸ਼ਾਂ ਵਿੱਚ ਚਲੇ ਜਾਣਗੇ, ਮੈਨੂੰ ਦਰਸ਼ਨ ਨਹੀਂ ਹੋਣਾ, ਇਉਂ ਵਿਚਾਰ ਲਿਆ ਕਰਕੇ ਵੈਰਾਗਵਾਨ ਹੋਏ ਨੇ। ਸੋ ਬਾਹਰੋਂ ਜੈ ਰਾਮ ਜੀ ਬਾਹਰ ਗਏ ਹੋਏ ਸਨ, ਮੌਕੇ 'ਤੇ ਆਉਣ ਕਰਕੇ ਦੇਖਿਆ, ਤੁਲਸਾਦਾਸ ਜੀ ਨੂੰ ਪੁੱਛਿਆ ਕੀ ਕਾਰਨ ਹੈ, ਇਹ ਵਿਰਾਗ ਕਿਉਂ ਕਰ ਰਹੇ ਨੇ, ਅਤੇ ਦੱਸਿਆ ਵੀ ਮਰਦਾਨਾ ਇਸ ਤਰੀਕੇ ਦੇ ਨਾਲ, ਸੋ ਤਲਵੰਡੀ ਜਾਣ ਦੀ ਤਿਆਰੀ ਕਰੀ ਬੈਠਾ ਅਤੇ ਇਸ ਤਰੀਕੇ ਨਾਲ ਵੈਰਾਗਵਾਨ ਹੋਏ ਹਨ। ਤਾਂ ਫਿਰ ਜੈ ਰਾਮ ਜੀ ਕਹਿੰਦੇ ਨੇ ਵੀ ਇਹ ਤਾਂ ਕਿਹੜੀ ਗੱਲ ਹੈ, ਆਪਾਂ ਉਹ ਜਿੱਦਾਂ ਵੀ ਮਰਦਾਨਾ ਰਹਿੰਦਾ ਆਪਾਂ ਉਸੇ ਤਰ੍ਹਾਂ ਇਹਨੂੰ ਰੱਖ ਲੈਂਦੇ ਹਾਂ ਇਸ ਤਰੀਕੇ ਦੇ ਨਾਲ। ਸੋ ਜੈ ਰਾਮ ਜੀ ਹੁਣ ਬੇਬੇ ਨਾਨਕ ਜੀ ਦੇ ਨਾਲ ਜਿਸ ਤਰੀਕੇ ਨਾਲ ਬਚਨ ਕਰਦੇ ਨੇ, ਆਓ ਪਿਆਰ ਪੂਰਵਕ ਸਰਵਣ ਕਰੀਏ, ਪ੍ਰਸੰਗ ਦੀ ਲੜੀ ਦੇ ਵਿੱਚ ਮਨ ਜੋੜਦੇ ਹੋਏ ਮੁੱਖ ਨੂੰ ਪਵਿੱਤਰ ਕਰੀਏ, ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਨਿਤਾ ਪ੍ਰਤੀ ਮੁਝ ਕੋ ਸਮਝਾਵਤ। ਜੈ ਰਾਮ ਜੀ ਕਹਿੰਦੇ ਹਨ ਵੀ ਤੂੰ ਤਾਂ ਨਿਤ ਪ੍ਰਤੀ ਰੋਜ਼ਾਨਾ ਮੈਨੂੰ ਸਮਝਾਇਆ ਕਰਦੀ ਸੀ, ਸੋ ਮੈਨੂੰ ਇਸ ਪ੍ਰਕਾਰ ਸੋ ਸੋਹਣੇ ਬਚਨ ਕਹਿ ਕਰਕੇ ਮੇਰੇ ਮਨ ਨੂੰ ਟਕਾ ਦਿੰਦੀ ਹੁੰਦੀ ਸੀ। ਆਪ ਕਿਉਂ ਉਰਮਹਿ ਭਰਮੀ। ਦੱਸ ਤੁਸੀਂ ਮਨ ਕਰਕੇ ਕਿਉਂ ਭਰਮ ਖਾ ਗਏ ਹੋ ਹੁਣ ਇਸ ਵੇਲੇ। ਸ੍ਰੀ ਨਾਨਕ ਅਵਲੰਬ ਸਦਾ ਨਿਜ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਤਾਂ ਹਮੇਸ਼ਾ ਹੀ ਆਪਣਾ ਆਸਰਾ ਆਪ ਹੀ ਹਨ, ਕਿਸੇ ਆਸਰੇ ਦੀ ਲੋੜ ਨਹੀਂ ਉਹਨਾਂ ਨੂੰ। ਲਖ ਹੈ ਸੋ ਤਿੰਨ ਕੇ ਮਰਮੀ। ਜਿਹੜੇ ਉਹਨਾਂ ਦਾ ਭੇਦ ਜਾਣਨ ਵਾਲੇ ਨੇ ਉਹ ਭੇਤੀ ਸਾਰੇ ਇਸ ਗੱਲ ਨੂੰ ਜਾਣਦੇ ਹਨ। ਹੁਣ ਮਰਦਾਨਾ ਜੈਸੇ ਰਹਿਪੁਰ। ਫਿਰ ਜਿਸ ਤਰੀਕੇ ਦੇ ਨਾਲ ਮਰਦਾਨਾ ਸਾਡੇ ਪਾਸ ਪੁਰੀ ਵਿੱਚ ਰਹਿ ਜਾਵੇ, ਤੈਸੇ ਕਰੋ ਉਪਾਈ, ਉਹ ਯਤਨ ਕਰੋ ਤੁਸੀਂ। ਕੈਸੇ ਹਿਰਦੇ ਉਦਾਸ ਭਇਓ ਹੈ। ਤੁਹਾਡਾ ਹਿਰਦਾ ਕਿਸ ਤਰੀਕੇ ਨਾਲ ਉਦਾਸ ਉਪਰਾਮ ਹੋ ਗਿਆ ਹੈ। ਕਿਉਂ ਤਲਵੰਡੀ ਜਾਈ। ਮਰਦਾਨਾ ਕਿਉਂ ਤਲਵੰਡੀ ਨੂੰ ਜਾ ਰਿਹਾ ਹੈ ਇਹ ਪਤਾ ਕਰੀਏ। ਭਨਤ ਨਾਨਕੀ ਬੁੱਝ ਤਿਹ ਸੋ। ਬੇਬੇ ਨਾਨਕ ਜੀ ਕਹਿੰਦੇ ਨੇ ਵੀ ਮਰਦਾਨੇ ਨੂੰ ਪੁੱਛ ਲਓ ਵੀ ਕਿਉਂ ਚੱਲਿਆ ਹੈ, ਕਿਉਂ ਦਲਗੀਰ ਭਇਓ ਹੈ, ਇਹ ਕਿਉਂ ਉਦਾਸ ਹੋ ਗਿਆ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੇ ਸਾਥ ਰਹਿਣ ਤੋਂ। ਕਹਿ ਜੈ ਰਾਮ ਸੁਣੀਏ ਮਰਦਾਨਾ। ਜੈ ਰਾਮ ਜੀ ਕਹਿੰਦੇ ਨੇ ਮਰਦਾਨਾ ਜੀ ਸਰਵਣ ਕਰੋ, ਕਿਉਂ ਤੁਮ ਚੱਲਣ ਚਾਹਿਓ ਹੈ, ਦੱਸੋ ਤੁਸੀਂ ਕਿਉਂ ਸੋ ਗੁਰੂ ਨਾਨਕ ਸਾਹਿਬ ਦੇ ਕੋਲੋਂ ਜਾਣ ਦੀ ਤਿਆਰੀ ਕਰ ਲਈ ਹੈ। ਸ੍ਰੀ ਨਾਨਕ ਕੋ ਬਹੁ ਹਿਤ ਤੋ ਪਰ। ਧੰਨ ਗੁਰੂ ਨਾਨਕ ਮਹਾਰਾਜ ਦਾ ਤਾਂ ਤੇਰੇ ਉੱਤੇ ਬਹੁਤ ਪ੍ਰੇਮ ਹੈ। ਕੈਸੇ ਭਈ ਵਿਚਾਰਾ। ਤੁਹਾਡੀ ਕਿਹੋ ਜਿਹੀ ਵਿਚਾਰ ਹੋਈ ਹੈ ਦੱਸੋ ਸਾਨੂੰ। ਰਹੋ ਸੰਗ ਨਾ ਕਰੋ ਪਿਆਨਾ। ਅਸੀਂ ਤਾਂ ਤੈਨੂੰ ਇਹੋ ਕਹਿੰਦੇ ਹਾਂ ਵੀ ਤੂੰ ਜਾ ਨਾ, ਗੁਰੂ ਨਾਨਕ ਸਾਹਿਬ ਦੇ ਨਾਲ ਹੀ ਰਿਹਾ ਕਰ। ਚਾਹੋ ਜੋ ਲਿਹੋ ਨਾ ਅਵਾਰਾ। ਜੋ ਤੈਨੂੰ ਇਸ ਪ੍ਰਕਾਰ ਚਾਹੀਦਾ ਹੈ ਉਹ ਲੈ ਲਾ, ਕੋਈ ਅਸੀਂ ਦੇਰ ਨਹੀਂ ਲਾਉਂਦੇ, ਛੇਤੀ ਜੋ ਚਾਹੀਦਾ ਪ੍ਰਾਪਤ ਕਰ, ਸਾਹਿਬ ਦਾ ਸਤਿਗੁਰ ਦਾ ਸੰਗ ਨਾ ਛੱਡ ਤੂੰ। ਸੁਣ ਜੈ ਰਾਮ ਤਿੰਨ ਸੰਗ ਨਾ ਨਿਭ ਹੈ। ਤੇ ਕਹਿਣ ਲੱਗਾ ਜੈ ਰਾਮ ਜੀ ਸੁਣੋ, ਮਰਦਾਨਾ ਕਹਿੰਦਾ
ਇਹ ਧੰਨ ਗੁਰੂ ਨਾਨਕ ਸਾਹਿਬ ਦੇ ਨਾਲ ਸਾਡਾ ਨਿਭਾ ਨਹੀਂ ਹੋ ਸਕਦਾ। ਕਲਾਵਾਨ ਅਵਤਾਰਾ, ਉਹ ਤਾਂ ਸ਼ਕਤੀਆਂ ਵਾਲੇ ਅਵਤਾਰ ਰੂਪ ਹਨ। ਲੱਗੀ ਸਮਾਧ ਤੀਨ ਦਿਨ ਬੀਤੇ, ਤਿੰਨ ਦਿਨ ਗੁਜ਼ਰ ਗਏ ਨੇ, ਗੁਰੂ ਸਾਹਿਬ ਨੇ ਸਮਾਧੀ ਲਾ ਲਈ, ਹੱਥ ਨਾ ਆਏ ਆਹਾਰਾ, ਤੇ ਮੈਨੂੰ ਭੁੱਖ ਲੱਗੀ ਸੀ, ਭੋਜਨ ਕਿਧਰੋਂ ਮਿਲਿਆ ਨਹੀਂ। ਤਿੰਨ ਕੋ ਭੁੱਖ ਪਿਆਸ ਨਹਿ ਕਬਹੂ, ਗੁਰੂ ਨਾਨਕ ਸਾਹਿਬ ਨਾ ਕਦੇ ਭੁੱਖ ਤੇ ਨਾ ਕਦੇ ਪਿਆਸ ਲੱਗ ਸਕਦੀ ਹੈ। ਹਾਂ ਭੋਜਨ ਨਿਤ ਚਾਹੂ, ਪਰ ਮੈਨੂੰ ਤਾਂ ਭੋਜਨ ਰੋਜ਼ ਚਾਹੀਦਾ ਹੈ ਜੀ। ਨਗਰ ਮੱਧ ਮੁਝ ਨਹੀਂ ਸੰਦੇਹਾ, ਦੇਖੋ ਜੇ ਤਾਂ ਕੋਈ ਨਗਰ ਹੋਵੇ, ਸ਼ਹਿਰ ਹੋਵੇ, ਮੇਰੇ ਤੋਂ ਉੱਥੇ ਤੋਂ ਕੋਈ ਇਸ ਪ੍ਰਕਾਰ ਸ਼ੱਕ ਨਹੀਂ ਹੈ। ਕਾਨਨ ਕਹਿ ਤੇ ਖਾਹੂ, ਭਾਈ ਨਗਰ ਦੇ ਵਿੱਚੋਂ ਤਾਂ ਮੈਂ ਮੰਗ ਕੇ ਖਾ ਵੀ ਲਊਂਗਾ, ਤੇ ਜੇ ਜੰਗਲਾਂ 'ਚ ਗੁਰੂ ਸਾਹਿਬ ਇੱਦਾਂ ਬੈਠ ਕੇ ਚੌਂਕੜਾ ਲਾ ਲਿਆ ਤੇ ਮੈਂ ਕਿੱਧਰ ਜਾਊਂਗਾ। ਮਰ ਹਰੀ ਛੰਦ ਸੁਣੀਏ ਮਰਦਾਨਾ ਕਰ ਗੁਜਰਾਨਾ, ਤਾਂ ਜੈ ਰਾਮ ਜੀ ਕਹਿੰਦੇ ਮਰਦਾਨਾ ਦੇਖ ਸਾਡੀ ਗੱਲ ਸੁਣ, ਜਿੱਦਾਂ ਹੁੰਦੀ ਤੂੰ ਗੁਜ਼ਰ ਕਰ ਗੁਰੂ ਸਾਹਿਬ ਨਾਲ, ਜਿਹ ਬਿੱਧ ਹੋਏ ਤੁਮਾਰ, ਜਿਸ ਤਰੀਕੇ ਦੇ ਨਾਲ ਵੀ ਤੇਰਾ ਨਿਭਾ ਹੋ ਸਕਦਾ ਗੁਰੂ ਸਾਹਿਬ ਨੇ ਉਵੇਂ ਕਰ ਲੈ ਤੂੰ। ਰਹੋ ਪੁਰ ਸੁਲਤਾਨਾ ਕਰ ਘਰ, ਤੋ ਕਹਿੰਦੇ ਤੂੰ ਸੁਲਤਾਨਪੁਰ ਸਾਹਿਬ ਵਿੱਚ ਜਦੋਂ ਤੱਕ ਇੱਥੇ ਹੈ ਉਦੋਂ ਤੱਕ ਸਾਡੇ ਕੋਲ ਘਰ ਵਿੱਚ ਖਾਨਾ ਦੋਨੋਂ ਕਾਲ ਆਹਾਰ, ਤੋ ਦੋਨੋਂ ਸਮੇਂ ਹੀ ਆਣ ਕੇ ਭੋਜਨ ਛਕ ਲਿਆ ਕਰ ਘਰ ਵਿੱਚੋਂ ਇੱਥੋਂ। ਜੇ ਗਵਨ ਹੋ ਆਨਾ ਲਿਹੋ ਧਨ ਪਾਨਾ, ਤੇ ਜੇ ਹੋਰ ਕਿਤੇ ਜਾਂਦੇ ਗੁਰੂ ਸਾਹਿਬ ਤੇ ਸਾਡੇ ਕੋਲ ਧਨ ਲੈ ਲਾ, ਜਿੱਥੇ ਲੋੜ ਪਈ ਤੂੰ ਧਨ ਖਰਚ ਕੇ ਤੇ ਭੋਜਨ ਛਕ ਲਵੀ। ਕਰ ਖਰੀਦ ਤਹਿ ਖਾਓ, ਖਰੀਦ ਕਰਕੇ ਜੋ ਚਿੱਤ ਕਰੇਗਾ ਛਕ ਲਵੀ ਤੂੰ। ਨਾ ਕਰੋ ਪਿਆਨਾ ਰਹੋ ਇਹ ਥਾਨਾ, ਇਸੇ ਥਾਈ ਰਹੋ ਤੁਸੀਂ, ਇੱਥੋਂ ਜਾਣਾ ਨਾ ਕਰੋ। ਨਾਨਕ ਢਿੱਗ ਹਰ ਖਾਓ, ਧੰਨ ਸਾਹਿਬ ਗੁਰੂ ਨਾਨਕ ਸਾਹਿਬ ਦੇ ਕੋਲ ਰਹਿ ਕੇ ਖੁਸ਼ ਹੋਵੋ ਤੁਸੀਂ ਪ੍ਰੇਮ ਦੇ ਨਾਲ। ਸੁਣ ਕਰ ਮਰਦਾਨਾ ਉਰ ਹਰ ਖਾਨਾ, ਸੁਣ ਕੇ ਮਰਦਾਨਾ ਖੁਸ਼ ਹੋ ਗਿਆ। ਇਹ ਵੀ ਗੁਰੂ ਨਾਨਕ ਸਾਹਿਬ ਦੀ ਮਾਇਆ ਹੀ ਸੀ, ਗੁਰੂ ਸਾਹਿਬ ਨੇ ਇਹ ਖੇਲ ਵਰਤਾਇਆ, ਕੌਤਕ ਵਰਤਾਇਆ ਹੈ, ਅਤੇ ਮਰਦਾਨੇ ਦਾ ਹਿਰਦਾ ਪੱਕਾ ਕਰ ਰਹੇ ਨੇ ਗੁਰੂ ਸਾਹਿਬ ਜੀ ਇਸ ਪ੍ਰਕਾਰ। ਤੋ ਮਰਦਾਨੇ ਦਾ ਮਨ ਫਿਰ ਪ੍ਰੇਰ ਲਿਆ, ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ, ਮਰਦਾਨਾ ਖੁਸ਼ ਹੋ ਗਿਆ। ਇਨੋ ਰਹਿਣ ਵਿਚਾਰ, ਵਿਚਾਰ ਬਣਾ ਲਿਆ, ਫਿਰ ਜੇ ਇਹ ਗੱਲ ਹੈ ਤਾਂ ਫਿਰ ਮੈਂ ਨਹੀਂ ਜਾਂਦਾ, ਫਿਰ ਮੈਂ ਸੋ ਭਾਈਆ ਜੀਜਾ ਰਾਮ ਜੀ ਫਿਰ ਮੈਂ ਤੁਹਾਡੇ ਕੋਲ ਰਹਿ ਜਾਂਦਾ ਇੱਥੇ ਗੁਰੂ ਸਾਹਿਬ ਕੋਲ। ਮੁੱਖ ਬਚਨ ਬਖਾਨਾ ਤੁਮ ਕਹਿ ਮਾਨਾ, ਅਤੇ ਮੁੱਖ ਕਹਿਣ ਲੱਗਾ ਠੀਕ ਹੈ ਜੀ ਤੁਹਾਡਾ ਕਿਹਾ ਫਿਰ ਮੈਂ ਮੰਨ ਲੈਂਦਾ ਹਾਂ। ਜਾਓ ਨਾ ਮੈਂ ਅਗਾਰਾ, ਤਾਂ ਮੈਂ ਆਪਣੇ ਘਰ ਨੂੰ ਨਹੀਂ ਜਾਊਂਗਾ ਹੁਣ। ਹੋਈ ਪੁੰਨ ਰਹਿਣਾ ਰਹਿਓ ਸੋ ਐਨਾ, ਜਲ ਰਾਤ ਪੈ ਗਈ ਮਰਦਾਨਾ ਉੱਥੇ ਹੀ ਰਿਹਾ ਹੈ ਬੇਬੇ ਜੀ ਦੇ ਘਰ ਵਿੱਚ ਹੀ। ਖੁਸ਼ੀ ਨਾਨਕੀ ਭੂਰ, ਬੇਬੇ ਨਾਨਕੀ ਜੀ ਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ ਹੈ। ਜਿਉਂ ਹੋਏ ਰੁੱਕ ਗ੍ਰਹਿ ਨਰ ਜਾਵ ਹੈ, ਜਿਸ ਤਰੀਕੇ ਦੇ ਨਾਲ ਸੋ ਕਿਸੇ ਪ੍ਰਾਣੀ ਦੇ ਗ੍ਰਹਿਾਂ ਦੀ ਰੋਕ ਪਈ ਹੋਵੇ ਤਾਂ, ਤੇਹ ਟਰ ਤਿਉਂ ਉਰ ਪੀਰਾ ਦੂਰ, ਜਿਸ ਤਰੀਕੇ ਦੇ ਨਾਲ ਕਿਸੇ ਗ੍ਰਹਿ ਦੀ ਰੁਕਾਵਟ ਹੋਵੇ ਉਹ ਦੂਰ ਹੋ ਜਾਵੇ, ਉਸਦਾ ਦੁੱਖ ਤੇ ਖੁਸ਼ ਹੁੰਦੀ ਜਾਵੇ, ਖੁਸ਼ੀ ਹੁੰਦੀ ਹੈ। ਦਵਾਈਆ ਛੰਦ ਭੋਰ ਭਈ ਮਰਦਾਨਾ ਬੋਲਿਓ, ਸਵੇਰ ਹੋਈ ਮਰਦਾਨਾ ਕਹਿਣ ਲੱਗਾ ਜਾਵੋ ਨਾਨਕ ਪਾਸੀ, ਚੰਗਾ ਭੈਣ ਜੀ ਫਿਰ ਮੈਂ ਜਾਂਦਾ ਹਾਂ ਗੁਰੂ ਨਾਨਕ ਸਾਹਿਬ ਦੇ ਕੋਲ। ਭੋਜਨ ਕਰ ਤਿਆਰ ਤੁਝ ਦੇਵ ਹੈ, ਬੇਬੇ ਜੀ ਕਹਿੰਦੇ ਭੋਜਨ ਤਿਆਰ ਕਰਕੇ ਤੈਨੂੰ ਦਿੰਦੇ ਹਾਂ, ਛਕਾਉਂਦੇ ਹਾਂ। ਖਾਏ ਜਾਹੋ ਸ਼ੁੱਧ ਨਾਸੀ, ਇਸ ਪ੍ਰਕਾਰ ਭੋਜਨ ਛਕ ਕੇ ਆਪਣੀ ਭੁੱਖ ਪੂਰੀ ਕਰਕੇ ਫਿਰ ਜਾਇਓ। ਮਾਨ ਬਚਨ ਮੁਖ ਅਚਿਓ ਆਹਾਰਾ, ਬਚਨ ਮੰਨ ਕੇ ਭੋਜਨ ਛਕ ਲਿਆ ਮਰਦਾਨਾ ਜੀ ਨੇ। ਕਵਨਨ ਭਇਓ ਤਿਆਰੀ, ਚੱਲਣ ਵਾਸਤੇ ਤਿਆਰ ਹੋ ਗਿਆ ਗੁਰੂ ਸਾਹਿਬ ਦੇ ਕੋਲ। ਕਰ ਕੋ ਚੀਰ ਜੈ ਰਾਮ ਦਇਓ ਤਬ, ਭਾਈਆ ਜੈ ਰਾਮ ਜੀ ਨੇ ਕਹਿੰਦੇ ਆਪਣੇ ਗਲ ਦਾ ਹੀ ਸੋਹਣਾ ਵਸਤਰ ਜਿਹੜਾ ਦੇ ਦਿੱਤਾ ਪਾਉਣ ਨੂੰ, ਇਸ ਨੂੰ ਪਹਿਰਿਓ ਹਰਖਤ ਭਾਰੀ, ਪਹਿਰ ਕਰਕੇ ਬੜਾ ਖੁਸ਼ ਹੋ ਗਿਆ ਮਰਦਾਨਾ। ਬੀਸ ਰਜਤਪਾਨ ਦੀਨੇ ਬਹੁਰੋ, ਫਿਰ 20 ਰੁਪਈਏ ਜਿਹੜੇ ਸਨ ਮਰਦਾਨੇ ਨੂੰ ਖਰਚਾ ਦੇ ਦਿੱਤਾ ਹੈ। ਭਨਤ ਨਾਨਕੀ ਬੈਨਾ, ਬੇਬੇ ਨਾਨਕੀ ਜੀ ਬਚਨ ਕਹਿੰਦੇ ਹਨ, ਸਦਨ ਆਨ ਮੁਝ ਦਰਸ਼ਨ ਦੀਜੈ, ਮਰਦਾਨਾ ਸੁਨੇਹਾ ਮੇਰੇ ਵੀਰ ਨੂੰ ਦੇਣਾ ਵੀ ਘਰ ਵਿੱਚ ਆ ਕੇ ਮੈਨੂੰ ਦਰਸ਼ਨ ਜ਼ਰੂਰ ਦੇਣ। ਭਨੋ ਬਿਨੈ ਗੁਣ ਐਨਾ, ਗੁਣਾਂ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਦੇ ਕੋਲ, ਸਾਡੀ ਇਹ ਬੇਨਤੀ ਕਰ ਦਵੀ। ਅਦਕ ਲਾਲਸਾ ਹਿਰਦੇ ਲੱਖ ਕਰ, ਸਾਡੇ ਹਿਰਦੇ ਦੀ ਬਹੁਤੀ ਹੀ ਇੱਛਾ ਜਾਣ ਕੇ, ਦਇਆ ਧਾਰ ਘਰ ਆਵੇ, ਕਿਰਪਾ ਧਾਰ ਕੇ ਮਿਹਰ ਕਰਕੇ ਤਰਸ ਕਰਕੇ ਘਰ ਵਿੱਚ ਆ ਜਾਣ ਗੁਰੂ ਨਾਨਕ ਸਾਹਿਬ ਜੀ। ਜਾਹੋ ਅਭੇ ਮਰਦਾਨਾ, ਹੁਣ ਮਰਦਾਨਾ ਤੁਸੀਂ ਜਾਓ, ਦੇਹ ਢਿੱਗ ਅਨਤ ਥਾਨ ਨਹਿ ਜਾਵੇ, ਗੁਰੂ ਨਾਨਕ ਸਾਹਿਬ ਦੇ ਕੋਲ ਜਾਓ, ਹੋਰ ਕਿਤੇ ਨਾ ਜਾ ਮਾਰੇ ਚਲੇ ਜਾਣ ਕਿਤੇ।
ਕੰਧੇ ਧਰ ਰਬਾਬਾ ਕੋ ਗਮਨਿਉ। ਮਰਦਾਨਾ ਮੋਢੇ ਤੇ ਰਬਾਬ ਰੱਖ ਕਰਕੇ ਚੱਲ ਪਿਆ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ। ਸ੍ਰੀ ਗੁਰ ਢਿੱਗ ਤਬ ਆਇਓ। ਧੰਨ ਸਾਹਿਬ, ਗੁਰੂ ਨਾਨਕ ਸਾਹਿਬ ਜੀ ਦੇ ਕੋਲ ਮਰਦਾਨਾ ਜੀ ਆ ਗਏ ਹਨ। ਬੰਦਨ ਕਰ ਬੈਸਿਓ ਗੁਰ ਬੋਲੇ। ਤੋ ਜਦੇ ਨਮਸਕਾਰ ਕਰਕੇ ਸਤਿਗੁਰਾਂ ਦੇ ਕੋਲ ਬੈਠ ਗਿਆ ਹੈ ਤਾਂ ਬੋਲੇ ਸਤਿਗੁਰੂ ਜੀ, ਕਿਉਂ ਰਬਾਬ ਪੁੰਨ ਲਿਆਇਓ। ਮਰਦਾਨਾ ਤੂੰ ਤੇ ਭਾਈ ਆਪਣੇ ਘਰ ਨੂੰ ਚੱਲਿਆ ਸੀ ਤੇ ਮਰਦਾਨਾ ਤੂੰ ਰਬਾਬ ਫਿਰ ਲੈ ਕੇ ਆ ਗਿਆ ਹੈ। ਕਹਿ ਗਯੋ ਮੈਂ ਧਰਨ ਜਬੇ ਤਹਿ। ਕਹਿਣ ਲੱਗਾ ਜੀ, ਜਦੋਂ ਮੈਂ ਰਬਾਬ ਰੱਖਣ ਵਾਸਤੇ ਗਿਆ ਸੀ ਉਸ ਥਾਂ ਤੇ, ਭਗਨੀ ਮਨ ਅਨਰਾਗਾ, ਬੇਬੇ ਜੀ ਨੇ ਬਹੁਤ ਭਾਰੀ ਵੈਰਾਗ ਕੀਤਾ ਉਸ ਵੇਲੇ। ਮਮ ਜਾਵਨ ਕੀ ਬਾਤ ਸੁਣੀ। ਜਦੋਂ ਮੇਰੇ ਘਰ ਨੂੰ ਜਾਣ ਦੀ ਗੱਲ ਸੁਣੀ ਤਾਂ ਤਿੰਨ ਕੀਨੋ ਵੱਡ ਬੈਰਾਗਾ। ਬਹੁਤਾ ਹੀ ਵੈਰਾਗ ਕੀਤਾ ਹੈ ਭੈਣ ਜੀ ਨੇ। ਆਨ ਜੈ ਰਾਮ ਭਨੇ ਮੁਖ ਬਚਨਾ। ਤੇ ਜੈ ਰਾਮ ਜੀ ਨੇ ਆਣ ਕੇ ਮੁਖ ਤੋਂ ਮੈਨੂੰ ਬਚਨ ਕਹੇ ਹਨ। ਜਬ ਲੋ ਪੁਰ ਸੁਲਤਾਨਾ। ਜਦੋਂ ਤੱਕ ਤੁਸੀਂ ਸੁਲਤਾਨਪੁਰ ਸਾਹਿਬ ਵਿੱਚ ਹਨ ਸਤਿਗੁਰੂ ਜੀ, ਤਬ ਲੋ ਭੋਜਨ ਖਾਬ ਹੋ ਹਮ ਘਰ। ਤਦੋਂ ਤੱਕ ਸਾਡੇ ਘਰ ਵਿੱਚ ਆਣ ਕੇ ਤੂੰ ਭੋਜਨ ਛਕ ਲਿਆ ਕਰ। ਪੁੰਨ ਕੀ ਖਰਚੀ ਪਾਨਾ। ਤੇ ਫਿਰ ਦੀ ਕਹਿੰਦੇ ਫਿਰ ਖਰਚਾ ਦਿੱਤਾ ਹੈ ਮੇਰੇ ਹੱਥ ਵਿੱਚ, ਵੀ ਜੇ ਬਾਹਰ ਜਾਓਗੇ ਤਾਂ ਫਿਰ ਤੂੰ ਧਨ ਖਰਚ ਕੇ ਭੋਜਨ ਛਕ ਲਵੀ। ਬੀਸ ਕਾਰਖਿਕ ਗੁਰ ਕੋ ਅੰਬਰ ਦੈ। ਤੋ ਕਹਿੰਦੇ ਨੇ 20 ਰੁਪਈਏ ਦਿੱਤੇ ਨੇ ਨਾਰੇ ਗਲ ਪਾਉਣ ਵਾਸਤੇ, ਵਸਤਰ ਮੈਨੂੰ ਦਿੱਤਾ ਹੈ, ਘਰ ਮੁਝੇ ਪਠਾਇਆ, ਤੇ ਮੈਨੂੰ ਇਸ ਤਰੀਕੇ ਨਾਲ ਤੁਹਾਡੇ ਕੋਲ ਭੇਜਿਆ ਹੈ ਜੀ। ਪੁੰਨ ਭਗਨੀ ਭਨ ਆਨ ਸਦਨ ਮੁਝ। ਤੋ ਫਿਰ ਇਸ ਪ੍ਰਕਾਰ ਬੇਬੇ ਜੀ ਨੇ ਬੇਨਤੀ ਕੀਤੀ ਹੈ ਕਿ ਘਰ ਵਿੱਚ ਆਣ ਕੇ ਮੈਨੂੰ ਦਰਸ਼ਨ ਦਿਓ। ਦੇਹੋ ਦਰਸ਼ਨ ਕਰ ਦਾਇਆ ਦਇਆ। ਦਇਆ ਦਇਆ ਕਰਕੇ ਮਹਾਰਾਜ ਮੈਨੂੰ ਆਪਣੇ ਦਰਸ਼ਨ ਦੇਣ, ਇਹ ਬੇਨਤੀ ਆਪ ਜੀ ਦੇ ਕੋਲ ਭੇਜੀ ਹੈ। ਕਿਆ ਕੀਨੋ ਤੈਂ ਇਹ ਕੋ ਕੰਮ। ਮਹਾਰਾਜ ਕਹਿੰਦੇ ਨੇ ਮਰਦਾਨਾ, ਇਹ ਤੂੰ ਕਿਹੜਾ ਮਾੜਾ ਕੰਮ ਕੀਤਾ ਹੈ। ਅੰਤ ਹੈ ਡੂਮ ਸੁਭਾਏ। ਫਿਰ ਵੀ ਤੇਰਾ ਅਖੀਰ ਨੂੰ ਓੜਕ ਨੂੰ ਤੇਰਾ ਸੁਭਾਅ ਫਿਰ ਡੂਮਾਂ ਵਾਲੇ ਰਿਹਾ ਨਾ। ਆਗੇ ਤਿੰਨ ਪਾਲਣ ਸ੍ਰੀ ਚੰਦਾ। ਪਹਿਲਾਂ ਦੇਖੋ ਤੋ ਬੇਬੇ ਜੀ ਨੂੰ ਸ੍ਰੀ ਚੰਦ ਦੀ ਪਰਵਰਿਸ਼ ਕਰਨ ਲਾਇਆ ਹੋਇਆ, ਸ਼੍ਰੀ ਚੰਦ ਜੀ ਦੀ ਇਸ ਪਾਲਣਾ ਕਰਦੇ ਹਨ। ਪੁੰਨ ਜਾਚੇ ਤੁਮ ਜਾਏ। ਤੇ ਫਿਰ ਜਾ ਕੇ ਤੂੰ ਪੈਸੇ ਮੰਗ ਲਏ ਉਹਨਾਂ ਕੋਲੋਂ। ਭਲੋ ਕਾਜ ਕੀਨੋ ਇਹ ਨਾਹੀ। ਇਹ ਤੂੰ ਚੰਗਾ ਕੰਮ ਨਹੀਂ ਕੀਤਾ ਹੈ। ਲਾਲਚ ਕਰ ਧਨ ਆਨਾ। ਤੂੰ ਮਨ ਚ ਲਾਲਚ ਕੀਤਾ ਹੈ ਤਾਂ ਧਨ ਲਿਆਇਆ ਸਾਡੇ ਕੋਲ। ਜਾ ਹੋ ਸਪਦ ਮੋਰ ਮੋਰ ਸੋ ਦੀਜੈ। ਇੰਜ ਕਰ ਛੇਤੀ ਜਾ, ਇਹ ਜਿਹੜੇ 20 ਰੁਪਈਏ ਲਿਆਇਆ ਇਹ ਮੋੜ ਕੇ ਆ ਬੇਬੇ ਜੀ ਨੂੰ। ਨਹਿ ਰੱਖੋ ਨਿਜ ਪਾਨਾ। ਆਪਣੇ ਹੱਥ ਵਿੱਚ ਨਾ ਰੱਖ ਇਹਨਾਂ ਪੈਸਿਆਂ ਨੂੰ। ਸੁਣ ਨਾਨਕ ਜੀ ਕੂਰ ਨਾ ਕਹੋ। ਮਰਦਾਨਾ ਕਹਿੰਦਾ ਮਹਾਰਾਜ ਮੈਂ ਝੂਠ ਨਹੀਂ ਕਹਿੰਦਾ, ਆਪ ਜੀ ਨੂੰ ਸੁਣੋ। ਨਹਿ ਜਾਚੇ ਮੈਂ ਜਾਏ। ਮੈਂ ਜਾ ਕੇ ਮਹਾਰਾਜ ਪੈਸੇ ਤਾਂ ਮੰਗੇ ਹੀ ਨਹੀਂ ਹਨ। ਦਏ ਆਪ ਤਿੰਨ ਹਿੱਤ ਕਰ ਹਿਰਦੈ। ਉਹ ਆਪਣੇ ਹਿਰਦੇ ਦੇ ਵਿੱਚ ਪ੍ਰੇਮ ਕਰਕੇ ਮੈਨੂੰ ਇਹ ਪੈਸੇ ਦਿੱਤੇ ਹਨ। ਤਬ ਲੈ ਕਰ ਹੋ ਆਏ। ਤਾਂ ਮਹਾਰਾਜ ਮੈਂ ਲੈ ਕੇ ਆਇਆ ਹਾਂ ਜੀ ਪੈਸੇ ਇਹ। ਅਬ ਜਿਹ ਬਿਦ ਤੁਮ ਬਦਨ ਬਦ ਹੋਗੇ। ਹੁਣ ਜਿਸ ਤਰੀਕੇ ਦੇ ਨਾਲ ਆਪ ਜੀ ਆਪਣੇ ਮੁੱਖ ਤੋਂ ਹੁਕਮ ਕਰੋਗੇ, ਤਸ ਬਿਦ ਮੈਂ ਅਨੁਸਾਰ ਮੈਂ ਉਸੇ ਤਰੀਕੇ ਨਾਲ ਆਪ ਜੀ ਦੇ ਅਨੁਸਾਰੀ ਹਾਂ ਜੀ। ਜਿਉਂ ਤੁਮ ਸੰਗ ਹੋਏ ਨਿਰਭਾਵ ਹੈ ਵਾ। ਜਿਸ ਤਰੀਕੇ ਦੇ ਨਾਲ ਤੁਹਾਡੇ ਨਾਲ ਮੇਰਾ ਨਿਭਾਅ ਹੋ ਜਾਵੇ, ਐਸੇ ਕਰੋ ਵਿਚਾਰ ਮੈਂ ਉਸੇ ਤਰ੍ਹਾਂ ਹੀ ਵਿਚਾਰ ਕਰਾਂਗਾ ਜੀ। ਕਹਿ ਸ੍ਰੀ ਗੁਰ ਨਰ ਆਸ ਨਾ ਰੱਖੀਏ। ਗੁਰੂ ਸਾਹਿਬ ਕਹਿੰਦੇ ਦੇਖ ਮਰਦਾਨਾ, ਕਦੇ ਵੀ ਬੰਦੇ ਨੂੰ ਮਨੁੱਖ 'ਤੇ ਨਹੀਂ ਆਸ ਰੱਖਣੀ ਚਾਹੀਦੀ। ਸੋ ਮਾਨੁਖ ਕੀ ਟੇਕ ਬਿਰਥੀ ਸਭ ਜਾਨ। ਬਹੁ ਬਿਕਾਰ ਇਸ ਮਾਹੀ। ਇਹਦੇ ਵਿੱਚ ਬੜੇ ਵਿਗਾੜ ਪੈਂਦੇ ਹਨ। ਤ੍ਰਿਸ਼ਨਾ ਅਧਿਕ ਹੋਏ ਨਹਿ ਤ੍ਰਿਪਤੈ। ਕਿਉਂਕਿ ਮਨੁੱਖ ਦੀ ਤ੍ਰਿਸ਼ਨਾ ਵੱਧਦੀ ਜਾਂਦੀ ਹੈ, ਸੰਤੋਖ ਨਹੀਂ ਆਉਂਦਾ, ਰੱਜਦਾ ਨਹੀਂ ਪ੍ਰਾਣੀ। ਬਹੁਰ ਬਹੁਰ ਭਰਮਾਹੀ। ਇਹ ਫਿਰ ਮੁੜ ਮੁੜ ਕਰਕੇ ਬੰਦੇ ਨੂੰ ਭਟਕਾਉਂਦੀ ਹੈ ਤ੍ਰਿਸ਼ਨਾ। ਇੱਕ ਜਾਚ ਦੂਜੇ ਢਿੱਗ ਜਾਵਹਿ। ਪਹਿਲਾਂ ਤੇ ਇੱਕ ਕੋਲੋਂ ਮੰਗੂਗਾ, ਜਿਹੜੇ ਉਹਦੇ ਕੋਲੋਂ ਮੰਗ ਪੂਰੀ ਹੋ ਗਈ ਫਿਰ ਦੂਜੇ ਕੋਲ ਮੰਗਣ ਲੱਗ ਪਊਗਾ। ਪੁੰਨ ਤੀਸਰ ਪਹਿ ਦੀਨਾ। ਫਿਰ ਤੀਜੇ ਕੋਲ ਜਾ ਕਰਕੇ ਅਧੀਨ ਹੋ ਜਾਂਦਾ ਹੈ। ਚਤੁਰਥ ਤੇ ਜਾਚੇ ਹੋਏ ਆਤੁਰ। ਫਿਰ ਇਸ ਪ੍ਰਕਾਰ ਅਧੀਨ ਹੋ ਕਰਕੇ ਮੰਗਤਾ ਬਣ ਕੇ ਚੌਥੇ ਕੋਲ ਫਿਰ ਮੰਗਣ ਲੱਗ ਪਊ। ਇਹ ਤ੍ਰਿਸ਼ਨਾ ਵੱਧ ਜਾਂਦੀ ਇਸ ਤਰ੍ਹਾਂ ਮੰਗਣ ਦੀ। ਤ੍ਰਿਸ਼ਨਾ ਕੀਨ ਅਧੀਨਾ। ਇਹ ਤਾਂ ਫਿਰ ਤ੍ਰਿਸ਼ਨਾ ਨੇ ਨਹੀਂ ਬੰਦੇ ਨੂੰ ਅਧੀਨ ਆਪਣੇ ਕਰ ਲਿਆ ਹੁੰਦਾ। ਇਸ ਤਰੀਕੇ ਦੇ ਨਾਲ ਜਿਹੜੀ ਮੰਗਣ ਵਾਲੀ ਬਿਰਤੀ ਆ ਨਾ, ਤ੍ਰਿਸ਼ਨਾਲੂ ਬਣਾਉਂਦੀ ਹੈ ਅਤੇ ਹਰ ਤਰ੍ਹਾਂ ਅਧੀਨ ਰੱਖਦੀ ਹੈ। ਇੱਕ ਆਸ ਰੱਖ ਅਬਿਨਾਸੀ। ਇਸ ਵਾਸਤੇ ਮਰਦਾਨਾ
ਇੱਕ ਅਵਿਨਾਸ਼ੀ ਵਾਹਿਗੁਰੂ ਪਰਮੇਸ਼ਵਰ ਤੇ ਆਸ ਰੱਖਣੀ ਚਾਹੀਦੀ ਹੈ। ਤ੍ਰਿਸ਼ਨਾ ਨਾਸਹਿ ਆਨਾ, ਤੇ ਬਾਕੀ ਜਿਹੜੀ ਤ੍ਰਿਸ਼ਨਾ ਜਿਹੜੀ ਹੈ ਉਹ ਫਿਰ ਆਪੇ ਦੂਰ ਹੋ ਜਾਂਦੀ ਹੈ। ਜਹਿ ਜਹਿ ਹੋਏ ਪਹੁੰਚਾਵਹਿ ਤਹਿ, ਤੋ ਜਿੱਥੇ ਜਿੱਥੇ ਵੀ ਲੋੜ ਹੁੰਦੀ ਵਾਹਿਗੁਰੂ ਪਰਮੇਸ਼ਵਰ ਉੱਥੇ ਪਹੁੰਚਾਉਂਦਾ ਹੈ। ਤਹਿ ਕੀਟ ਮਦ ਪਾਖਾਨਾ, ਜੋ ਦੇਖੋ ਪੱਥਰਾਂ ਦੇ ਵਿੱਚ ਵੀ ਕੀੜੇ ਹੁੰਦੇ ਹਨ ਉਹਨਾਂ ਨੂੰ ਵੀ ਵਾਹਿਗੁਰੂ ਪਰਮੇਸ਼ਵਰ ਰਿਜਕ ਦਿੰਦਾ ਹੈ। ਪਾਖਣ ਕੀਟ ਗੁਪਤ ਹੋਏ ਰਹਿਤਾ ਤਾਂ ਚੋ ਮਾਰਗ ਨਾਹੀਂ, ਕਹਿ ਧੰਨਾ ਪੂਰਨ ਤਾਂ ਕੋ ਮਤਰੇ ਜੀ ਡਰਾਹੀ। ਭਗਤ ਧੰਨਾ ਜੀ ਕਹਿੰਦੇ ਪੱਥਰਾਂ ਦੇ ਵਿੱਚ ਕੀੜੇ ਪੈਦਾ ਕੀਤੇ ਜਿਹਨਾਂ ਨੂੰ ਕੋਈ ਰਸਤਾ ਜਾਣਦਾ ਨਹੀਂ ਹੈ, ਉੱਥੇ ਵੀ ਪਰਮੇਸ਼ਵਰ ਉਹਨਾਂ ਦੀ ਪਰਵਰਿਸ਼ ਕਰਦਾ ਹੈ। ਮਰਦਾਨਾ ਇਹ ਨਿਸ਼ਚਾ ਕਰ, ਉਧਰ ਵਿਖੇ ਪ੍ਰਤਪਾਲਹਿ ਜੋ, ਜਿਹੜਾ ਪਰਮੇਸ਼ਵਰ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ, ਜਿਹੜਾ ਮਾਤਾ ਦੇ ਗਰਭ ਦੇ ਵਿੱਚ ਪਾਲਣਾ ਕਰਦਾ ਹੈ। ਜਨਮਤ ਦੇਹ ਆਹਾਰਾ, ਫਿਰ ਜਿਸ ਵੇਲੇ ਜਨਮ ਬੱਚੇ ਦਾ ਹੁੰਦਾ ਜੰਮਦਿਆਂ ਸਿਰ, ਫਿਰ ਜੰਮਦਿਆਂ ਸਾਰ ਹੀ ਫਿਰ ਉਸ ਨੂੰ ਆਹਾਰ ਭੋਜਨ ਦਿੰਦਾ ਹੈ ਵਾਹਿਗੁਰੂ। ਪੂਰਬ ਅਸਥਨ ਮਹਿ ਕਛ ਨਾਹੀ, ਪਹਿਲਾਂ ਦੇਖੋ ਮਾਤਾ ਦੇ ਥਣਾਂ ਦੇ ਵਿੱਚ ਕੁਛ ਵੀ ਨਹੀਂ ਹੁੰਦਾ। ਪੁੰਨ ਪੈ ਪਸ਼ਮਤ ਧਾਰਾ, ਤਾਂ ਕਹਿੰਦੇ ਫਿਰ ਸੁਜਲੇ ਜਨਮ ਹੁੰਦਾ ਬੱਚੇ ਦਾ ਹਰ ਜੂਨ ਵਿੱਚ, ਤਾਂ ਫਿਰ ਕਹਿੰਦੇ ਉਹੋ ਹੀ ਮਾਤਾ ਦੇ ਅਸਥਨਾਂ ਦੇ ਵਿੱਚ ਦੁੱਧ ਆ ਜਾਂਦਾ ਬੱਚੇ ਵਾਸਤੇ। ਇਹ ਬਿਧ ਲੱਖ ਕਰ ਅਸਥਿਰ ਉਰ, ਤੋ ਕਹਿੰਦੇ ਇਉਂ ਜਾਣ ਕਰਕੇ ਆਪਣੇ ਹਿਰਦੇ ਨੂੰ ਟਿਕਾਓ ਸਥਿਰ ਕਰੋ। ਉਰ ਕਰ ਧਾਰ ਸੰਤੋਖ ਸਦਾਈ, ਤੋ ਹਿਰਦੇ ਦੇ ਵਿੱਚ ਸਦਾ ਸੰਤੋਖ ਧਾਰਨ ਕਰੋ ਤੇ ਵਾਹਿਗੁਰੂ ਤੇ ਭਰੋਸਾ ਰੱਖੋ। ਜਲ ਥਲ ਗਿਰ ਨਭ ਤਾਂਬਰ ਧਾਰ ਅਹੈ, ਕਹਿੰਦੇ ਨੇ ਭਾਈ ਪਹਾੜ ਨੇ ਇਸ ਪ੍ਰਕਾਰ, ਸੋ ਧਰਤੀ ਹੈ ਤਾਂਬੇ ਦੀ ਧਰਤੀ 50 ਕਰੋੜ ਜਿਹੜੀ ਮੰਨੀ ਹੈ ਸਾਰੇ ਹੀ ਜਗ੍ਹਾ ਦੇ ਉੱਪਰ। ਜਹ ਲੱਗ ਚਰ ਅਚਰਾਈ, ਜਿੱਥੋਂ ਤੱਕ ਜੜ ਅਤੇ ਚੇਤਨ ਜੂਨਾਂ ਦੀ ਰਚਨਾ ਵਾਹਿਗੁਰੂ ਨੇ ਕੀਤੀ ਹੋਈ ਹੈ। ਪਰੋਸ਼ ਪਾਲਣਾ ਕਰਤ ਵਿਸਾਲਾ, ਮਹਾਨ ਪਰਮੇਸ਼ਰ ਵਾਹਿਗੁਰੂ ਹੈ ਜਿਹੜਾ ਕਿ ਓਹਲੇ ਹੋ ਕਰਕੇ ਸਭ ਦੀ ਪਾਲਣਾ ਕਰਦਾ ਹੈ। ਕੋਈ ਨਾ ਬਿਨਾਂ ਆਹਾਰਾ, ਕਿਸੇ ਨੂੰ ਵੀ ਬਿਨਾਂ ਭੋਜਨ ਤੋਂ ਪਰਮੇਸ਼ਰ ਨਹੀਂ ਰੱਖਦਾ। ਜੋ ਵੀ ਜੀਵ ਜੰਤ ਪੈਦਾ ਕੀਤੇ ਨੇ ਸੋ ਸਭਨਾਂ ਨੂੰ ਪਰਮੇਸ਼ਵਰ ਜਿਹੜਾ ਹੈ ਸੋ ਭੋਜਨ ਦਿੰਦਾ ਹੈ, ਪ੍ਰਤਪਾਲਾ ਕਰਦਾ ਹੈ। ਅਸ ਉਦਾਰ ਕੋ ਤਜ ਕਰ ਭਰਮਤ, ਅਤੇ ਕਹਿੰਦੇ ਐਹੋ ਜਾਹੇ ਵੱਡੇ ਅਕਾਲ ਪੁਰਖ ਪਰਮੇਸ਼ਰ ਦਾਤੇ ਨੂੰ ਛੱਡ ਕੇ ਅਤੇ ਮਰਦਾਨਾ ਤੂੰ ਐਵੇਂ ਹੀ ਭਰਮ ਕਰੀ ਫਿਰਦਾ ਹੈ। ਤਿਸ਼ਨਾ ਦੁੱਖ ਪਰਵਾਰਾ, ਕਿਉਂਕਿ ਇਹ ਜਿਹੜਾ ਤ੍ਰਿਸ਼ਨਾ ਨਾ ਇਸ ਦਾ ਵੱਡਾ ਪਰਿਵਾਰ ਬਹੁਤ ਦੁਖੀ ਕਰਦਾ ਹੈ ਇਹ। ਸੁਧਾ ਸੁਨੇ ਜਨ ਬੈਨ ਸਰੋਨ ਸੁਣ, ਕੰਨਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਵਰਗੇ ਸੁੰਦਰ ਬਚਨ ਸੁਣ ਕੇ ਮਨ ਮਹਿ ਆਵ ਸੰਤੋਖਾ, ਮਰਦਾਨਾ ਜੀ ਦੇ ਮਨ ਵਿੱਚ ਸੰਤੋਖ ਸਿਦਕ ਆ ਗਿਆ ਹੈ। ਜਨਮ ਜਨਮ ਕੀ ਤ੍ਰਿਸ਼ਨਾ ਦੁੱਖ ਤੇ, ਜਨਮਾਂ ਜਨਮਾਤਰਾਂ ਦੀ ਇਹ ਤ੍ਰਿਸ਼ਨਾ ਦਾ ਦੁੱਖ ਜਿਹੜਾ ਹੈ, ਦੇ ਗਿਆਨ ਬਰ ਭੁੱਖ, ਮਹਾਰਾਜ ਨੇ ਬਖਸ਼ਿਸ਼ ਕਰਕੇ ਸੁੰਦਰ ਗਿਆਨ ਦੇ ਕਰਕੇ ਇਸ ਦਾ ਹਿਰਦਾ ਸੰਤੁਸ਼ਟ ਕਰ ਦਿੱਤਾ ਹੈ। ਬਦਨ ਬਦਤ ਮਰਦਾਨਾ ਚੱਲੀਏ, ਤੋ ਇਸ ਪ੍ਰਕਾਰ ਮਰਦਾਨਾ ਫਿਰ ਕਹਿੰਦਾ ਗੁਰੂ ਸਾਹਿਬ ਨੂੰ, ਮਹਾਰਾਜ ਕਿਰਪਾ ਕਰੋ ਚਲੋ। ਤੁਮ ਕੋ ਸੁਸਾ ਹਕਾਰਾ, ਤੁਹਾਨੂੰ ਬੇਬੇ ਜੀ ਨੇ ਬੁਲਾਇਆ ਹੈ ਘਰ ਵਿੱਚ, ਸੰਗ ਚੱਲੋ ਮੈਂ ਦੇਊਂ ਰਜਤ ਪਣ, ਤੁਹਾਡੇ ਨਾਲ ਹੀ ਮੈਂ ਚੱਲਾਂਗਾ ਤੇ 20 ਰੁਪਈਏ ਜਿਹੜੇ ਨੇ ਇਹ ਮੈਂ ਵਾਪਸ ਕਰ ਦਿਆਂਗਾ। ਅਬ ਭਾਰ ਦੇ ਵਿਚਾਰਾ, ਮਹਾਰਾਜ ਇਹ ਮਨ ਵਿੱਚ ਵਿਚਾਰ ਹੁਣ ਆਇਆ ਹੈ ਜੀ, ਕਹਿਓ ਨਾ ਮੇਟੋ ਚੱਲ ਮਰਦਾਨਾ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਵੀ ਮਰਦਾਨਾ ਜੇ ਤੂੰ ਫਿਰ ਸਾਡਾ ਬਚਨ ਮੰਨ ਲਿਆ ਨਾ ਪਰਮੇਸ਼ੁਰ ਤੇ ਭਰੋਸਾ ਕਰਨ ਦਾ, ਤੇ ਤੇਰਾ ਬਚਨ ਹੁਣ ਅਸੀਂ ਮੋੜ ਨਹੀਂ ਸਕਦੇ, ਚਲੋ ਚਲੀਏ। ਸੰਗ ਕਾਜ ਹੈ ਤੇਰੇ, ਕਿਉਂਕਿ ਮਰਦਾਨਾ ਤੇਰੇ ਨਾਲ ਸਾਡਾ ਕੰਮ ਬੜਾ ਹੈ, ਸੋ ਇਸ ਪ੍ਰਕਾਰ ਸੋ ਤੇਰੇ ਨਾਲ ਸਾਡਾ ਕੰਮ ਹੈ, ਇਸ ਲਈ ਹੁਣ ਤੇਰੇ ਨਾਲ ਚੱਲਦੇ ਹਾਂ। ਗਏ ਨਗਰ ਮਹਿ ਸਦਨ ਪਹੁੰਚੇ, ਸੋ ਨਗਰੀ ਦੇ ਵਿੱਚ ਜਾ ਕੇ ਸੋ ਬੇਬੇ ਜੀ ਦੇ ਘਰ ਪਹੁੰਚੇ ਹਨ। ਦਾਸੀ ਤੁਲਸਾ ਹੇਰੇ, ਸੋ ਜਦੋਂ ਗੁਰੂ ਸਾਹਿਬ ਨੂੰ ਤੁਲਸਾਂ ਦਾਸੀ ਨੇ ਦੇਖਿਆ ਹੈ ਤਾਂ ਠਾਂਡੀ ਅਦੋ ਗੁਹਾਰੀ ਤਬ ਹੀ ਬਦੂ, ਸੋ ਇਸ ਪ੍ਰਕਾਰ ਥੱਲੇ ਮਕਾਨ ਦੇ ਥੱਲੇ ਖੜੀ ਸੀ ਤੇ ਉਸ ਨੇ ਆਵਾਜ਼ ਦਿੱਤੀ ਹੈ ਕਿ ਇਹ ਬਹੂ ਜੀ ਸੁਣੋ, ਭਰਾਤ ਜੀ ਆਏ, ਸੁਣੋ ਕਹਿੰਦੇ ਨੇ ਬਹੂ ਜੀ ਸੋ ਭਰਾ ਜੀ ਆ ਗਏ ਹਨ। ਹਰਖ ਨਾਨਕੀ ਅੰਗ ਨਾ ਮੇਵ ਹੈ, ਇਹ ਗੱਲ ਸੁਣ ਕਰਕੇ ਬੇਬੇ ਨਾਨਕੀ ਜੀ ਆਪਣੇ ਹਿਰਦੇ ਵਿੱਚ ਖੁਸ਼ੀ ਵਿੱਚ ਸਮਾਉਂਦੇ ਨਹੀਂ ਹਨ। ਕੀ ਕੰਨ ਗਰ ਜਾਏ, ਇੰਨੀ ਖੁਸ਼ੀ ਹੋਈ ਹੈ
ਕਾਲੀ ਘਟਾ ਜਿਵੇਂ ਗਰਜਦੀ ਆਵੇ ਤੇ ਮੋਰਾਂ ਨੂੰ ਖੁਸ਼ੀ ਹੁੰਦੀ ਪਹਿਲਾਂ ਪਾਉਂਦੇ ਆ। ਪਦ ਪੰਕਜ ਪਰ ਧਾਏ ਧਰਿਓ ਸਿਰ, ਭੱਜ ਕਰਕੇ ਆਣ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਸੀਸ ਰੱਖਿਆ ਹੈ। ਧਰਮ ਪੇਲ ਕਰ ਤਾਹੀ, ਆਪਣਾ ਧਰਮ ਜਿਹੜਾ ਉਸ ਨੂੰ ਦੂਰ ਕਰਕੇ, ਜੁਗ ਕਰ ਪਰ ਤੇ ਸਿਰ ਤਬ ਲੇ ਕਰ, ਧੰਨ ਸਾਹਿਬ ਗੁਰੂ ਨਾਨਕ ਸਾਹਿਬ ਦੇ ਦੋਨਾਂ ਹੱਥਾਂ ਤੇ ਬੇਬੇ ਜੀ ਦਾ ਸਿਰ ਲੈ ਲਿਆ ਹੈ। ਪਰਮ ਪੁਰਖ ਪੁਨ ਪ੍ਰਾਹੀ, ਇਹ ਪਰਮ ਪੁਰਖ ਧੰਨ ਗੁਰੂ ਨਾਨਕ ਸਾਹਿਬ ਜੀ ਫਿਰ ਪ੍ਰਾਹੀ ਉਚਾਰਨ ਕਰਦੇ ਹਨ, ਕਹਿੰਦੇ ਨੇ ਜਾਂ ਤੇ ਹੋ ਤੁਮ ਘਰ ਨਹਿ ਆਵੋ, ਕਹਿੰਦੇ ਚੰਗਾ ਬੇਬੇ ਜੀ ਇੱਦਾਂ ਹੀ ਤੁਸੀਂ ਕਰਨਾ, ਸਾਡੇ ਚਰਨਾਂ ਤੇ ਮੱਥਾ ਟੇਕਣਾ, ਤੇਰੇ ਘਰ ਨਹੀਂ ਅਸੀਂ ਆਉਣਾ। ਫਿਰ ਧਰਤ ਚਰਨ ਸਿਰ ਧਾਈ, ਤੂੰ ਭੱਜ ਕੇ ਸਾਡੇ ਚਰਨਾਂ ਦੇ ਉੱਤੇ ਆਣ ਕੇ ਸਿਰ ਰੱਖ ਦਿੰਦੀ ਹੈ। ਬੋਹਰ ਨਾ ਮਿਲੋ ਆਨ ਕਰ ਤੁਮਕੋ, ਤੈਨੂੰ ਮੁੜ ਕੇ ਅਸੀਂ ਆਣ ਕੇ ਮਿਲਣਾ ਨਹੀਂ ਹੈ। ਫਿਰ ਜੇ ਤੂੰ ਇਵੇਂ ਕਰਨਾ ਹੈ ਤਾਂ ਹੋਏ ਔਗਣ ਅਦਕਾਈ, ਕਿਉਂਕਿ ਬਹੁਤ ਵੱਡਾ ਔਗਣ ਹੈ ਜੀ। ਸੁਣੋ ਭਰਾਤ ਜੀ ਜਿਉ ਤੁਮ ਭਖ ਹੋ, ਕਹਿਣ ਲੱਗੇ ਬੇਬੇ ਜੀ ਕਹਿੰਦੇ ਨੇ ਭਰਾ ਜੀ ਜਿਵੇਂ ਤੁਸੀਂ ਹੁਕਮ ਕਰੋ ਤਿਉ ਆਇਸ ਅਨੁਸਾਰ, ਮੈਂ ਤਾਂ ਤੁਹਾਡੇ ਹੁਕਮ ਦੇ ਅਨੁਸਾਰ ਹਾਂ ਜੀ। ਨਿਜ ਦਰਸ਼ਨ ਦੇਵਤ ਮੁਝ ਰਹੀਏ, ਆਪਣਾ ਪਵਿੱਤਰ ਦਰਸ਼ਨ ਮੈਨੂੰ ਦਿੰਦੇ ਰਹੋ ਸਦਾ ਹੀ। ਕਰੋ ਨਾ ਹਿਰਦੇ ਵਿਸਾਰਾ, ਕਦੇ ਵੀ ਹਿਰਦੇ ਚ ਮੈਨੂੰ ਭੁਲਾਉਣਾ ਨਾ, ਕਿਰਪਾ ਕਰਨੀ ਮਹਾਰਾਜ ਦਰਸ਼ਨ ਦਿੰਦੇ ਰਹਿਣਾ ਮੇਰੇ ਤਾਈ। ਨਿਤ ਸਿਮਰਨ ਹੋ ਮਨ ਮਹਿ ਕਰ ਹੂੰ, ਮੈਂ ਤਾਂ ਨਿਤ ਪ੍ਰਤੀ ਰੋਜ਼ਾਨਾ ਹੀ ਤੁਹਾਨੂੰ ਯਾਦ ਹੀ ਕਰਦੀ ਰਹਿੰਦੀ ਹਾਂ। ਕਬ ਕਬ ਆਵ ਐਨਾ, ਤੁਸੀਂ ਤਾਂ ਕਦੇ ਕਦੇ ਘਰ ਵਿੱਚ ਆਉਂਦੇ, ਮੈਂ ਤਾਂ ਰੋਜ਼ ਯਾਦ ਕਰਦੀ ਹਾਂ। ਕਰਨਾ ਕਰਤ ਰਹੋ ਕਰਨਾ ਕਰ, ਹੇ ਕਿਰਪਾ ਦੇ ਖਜ਼ਾਨੇ ਮੇਰੇ ਤੇ ਮੇਰਾ ਹੀ ਕਰਦੇ ਰਹੋ ਜੀ। ਕਮਲਾਲਨ ਗਤ ਦੈਨਾ, ਮੁਕਤੀ ਦੇ ਦਾਤਾ ਕਮਲ ਸ਼੍ਰੀ ਖੇ ਮੁਖ ਵਾਲੇ ਜੀ ਦਰਸ਼ਨ ਦਿੰਦੇ ਰਹੋ। ਜਬ ਨਿਜ ਮਨ ਮਹਿ ਮਿਲਨ ਲਾਲਸਾ, ਮਹਾਰਾਜ ਕਹਿੰਦੇ ਨੇ ਜਦੋਂ ਵੀ ਸਾਨੂੰ ਮਿਲਣ ਦੀ ਤੇਰੇ ਮਨ ਵਿੱਚ ਇੱਛਾ ਹੋਵੇਗੀ, ਸਿਮਰੋ ਜਸ ਪਦ ਆਵੋ, ਜਦੋਂ ਵੀ ਸਿਮਰੋ ਯਾਦ ਕਰੋਗੇ ਅਸੀਂ ਝੱਟ ਤੇਰੇ ਕੋਲ ਆ ਜਾਵਾਂਗੇ। ਹੋਵੋ ਨਿਕਟ ਕਿਦੋਂ ਕਿਤ ਦੂਰਾ, ਭਾਵੇਂ ਮੈਂ ਕਿਤੇ ਨੇੜੇ ਹੋਵਾਂ ਭਾਵੇਂ ਕਿਤੇ ਕਿੱਡੀ ਦੂਰ ਵੀ ਹੋਵਾਂਗਾ, ਤਬ ਮੈਂ ਬਿਲਮ ਨਾ ਲਾਵੋ, ਤਦੋਂ ਵੀ ਮੈਂ ਕਦੇ ਦੇਰ ਨਾ ਲਾਊਂ ਝੱਟ ਆ ਜਾਊਂ ਤੁਹਾਡੇ ਕੋਲ। ਮਰਦਾਨਾ ਅਬ ਬੇਬੇ ਜੀ ਕੇ ਦੇਹੋ ਕਾਰਖਿਕ ਜੋ, ਤੋਂ ਕਹਿਣ ਲੱਗੇ ਮਰਦਾਨਾ ਵੀ ਜਿਹੜੇ ਬੇਬੇ ਦੇ ਰੁਪਈਏ ਨੇ ਪਈਏ ਵਾਪਸ ਕਰਦੇ ਹੁਣ। ਭਨਤ ਨਾਨਕੀ ਜਾਚੇ ਨਾਹੀ, ਦੀਨ ਆਪ ਹੀ ਸੋ, ਬੇਬੇ ਜੀ ਕਹਿੰਦੇ ਨੇ ਮਰਦਾਨੇ ਨੇ ਮੰਗੇ ਨਹੀਂ, ਅਸੀਂ ਤਾਂ ਆਪ ਹੀ ਇਸ ਨੂੰ ਪੈਸੇ ਦਿੱਤੇ ਹਨ। ਤੂੰ ਭਗਤਨ ਹਰ ਕੀ ਬਹੁ ਪਿਆਰੀ, ਤੇ ਗੁਰੂ ਸਾਹਿਬ ਕਹਿੰਦੇ ਦੇਖੋ ਸੋ ਤੂੰ ਪਰਮੇਸ਼ਵਰ ਦੀ ਪਿਆਰੀ ਭਗਤਣੀ ਹੈ। ਕਹਿਓ ਵੱਡੇ ਕੋ ਸੁਣ ਹੈ, ਦੇਖੋ ਵੱਡਿਆਂ ਦੀ ਹਮੇਸ਼ਾ ਹੀ ਕੀਤੀ ਹੋਈ ਬੇਨਤੀ ਪਰਮੇਸ਼ਵਰ ਸੁਣਦਾ ਹੈ। ਕਹਿ ਸੌਂਪੋ ਹਮ ਢਿੱਗ ਕਰਤਾਰਾ, ਤੇ ਇੰਜ ਕਰ ਤੂੰ ਵੱਡੀ ਹੈ ਨਾ, ਤੇ ਇਉਂ ਕਹਿ ਕੇ ਪਰਮੇਸ਼ਵਰ ਨੂੰ ਤੇ ਸਾਨੂੰ ਪਰਮੇਸ਼ਵਰ ਨੂੰ ਸੌਂਪ ਦੇ। ਗੁਰੂ ਸਾਹਿਬ ਕਹਿੰਦੇ ਨੇ ਵੀ ਤੂੰ ਇਹ ਕਰ, ਤੂੰ ਵੱਡੀ ਹੈ, ਤੇਰੀ ਬੇਨਤੀ ਰੱਬ ਸੁਣਦਾ, ਤੇ ਤੂੰ ਇਉਂ ਸੋ ਬੇਨਤੀ ਕਰਦੇ ਤੇ ਸਾਨੂੰ ਵਾਹਿਗੁਰੂ ਨੂੰ ਅਰਪਣ ਹੀ ਕਰਦੇ। ਭਲੀ ਬਾਤ ਸਭ ਬਨ ਹੈ, ਸਾਰੀਆਂ ਗੱਲਾਂ ਚੰਗੀਆਂ ਠੀਕ ਬਣ ਜਾਣਗੀਆਂ। ਭਨਤ ਨਾਨਕੀ ਜਾਣਤ ਹੋ ਗਏ, ਹੋ ਬੇਬੇ ਕਹਿਣ ਲੱਗੀ ਅੱਗੋਂ, ਕਹਿੰਦੀ ਤੁਸੀਂ ਵੀਰ ਜੀ ਤੁਸੀਂ ਸ਼ਾਇਦ ਜਾਣਦੇ ਹੋਵੋਗੇ ਮਨ ਵਿੱਚ ਮੇਰੇ ਵਾਸਤੇ, ਇਹ ਮੁਝ ਭਰਾਤਾ ਜਾਣੇ, ਤੇ ਸਮਝਦੇ ਹੋਵੋਗੇ ਵੀ ਤੁਹਾਨੂੰ ਮੈਂ ਭਰਾ ਹੀ ਸਮਝਦੀ ਹਾਂ। ਕਹਿੰਦੇ ਐਸੀ ਗੱਲ ਨਹੀਂ ਹੈ, ਪਰਮ ਰੂਪ ਪਰਮੇਸ਼ਰ ਥਾਪ ਤੁਮ, ਇਹ ਮਹਾਰਾਜ ਤੁਸੀਂ ਸਭ ਤੋਂ ਵੱਡੇ ਪਰਮੇਸ਼ਵਰ ਦਾ ਰੂਪ ਆਪ ਹੋ। ਪੂਰਨ ਪੁਰਖ ਪੁਰਾਣੇ, ਤੋਂ ਪ੍ਰਾਚੀਨ ਸਮੇਂ ਤੋਂ ਜੋ ਪੂਰਨ ਪੁਰਖ ਪਰਮੇਸ਼ਵਰ ਉਹੀ ਤੁਸੀਂ ਰੂਪ ਹੋ, ਮੇਰਾ ਤਾਂ ਨਿਸ਼ਚਾ ਇਹ ਹੈ। ਬਾਰੰਬਾਰ ਕਹਾਉ ਨਾ ਮੋਤੇ, ਤੇ ਗੁਰੂ ਸਾਹਿਬ ਕਹਿਣ ਲੱਗੇ ਚੰਗਾ ਬੇਬੇ ਬਾਰ ਬਾਰ ਮੇਰੇ ਕੋਲੋਂ ਨਾ ਕਹਾ ਹੁਣ ਤੂੰ। ਸੁਸਾ ਕਾਰਖਿਕ ਲੀਜੈ, ਤੇ ਭੈਣ ਜੀ ਆਹ ਜਿਹੜੇ 20 ਰੁਪਈਏ ਦਿੱਤੇ ਮਰਦਾਨੇ ਨੂੰ ਇਹ ਤੁਸੀਂ ਵਾਪਸ ਲੈ ਲਵੋ। ਮਰਦਾਨਾ ਨਿਜ ਬੰਸ ਮਰਾਸੀ, ਦੇਖੋ ਮਰਦਾਨਾ ਸਾਡੀ ਵੰਸ਼ ਦਾ ਸੇਵਕ ਮਰਾਸੀ ਹੈ, ਉਹਨੇ ਆਵੇ ਤਬ ਦੀਜੈ, ਜਦੋਂ ਮੁੜ ਕੇ ਆਵੇਗਾ ਨਾ ਉਦੋਂ ਤੁਸੀਂ ਦੇ ਦੇਣਾ। ਸੁਸਾ ਕਬਹਿ ਨਾ ਭੇਜੋ ਜਾਕੂ, ਇਸ ਵਾਸਤੇ ਇਹ ਭੈਣ ਜੀ ਕਦੇ ਵੀ ਇਹਨੂੰ ਭੇਜਣਾ ਨਹੀਂ ਤੁਸੀਂ। ਛੂਛਾ ਕਬਹਿ ਨਾ ਭੇਜੋ ਜਾਕੂ, ਇਹਨੂੰ ਕਦੇ ਵੀ ਖਾਲੀ ਨਹੀਂ ਭੇਜਣਾ ਜਦੋਂ ਵੀ ਤੁਹਾਡੇ ਕੋਲ ਆਵੇ। ਬੇਦੀ ਕੁਲ ਤਨੀਆ, ਤੂੰ ਬੇਦੀ ਕੁਲ ਦੀ ਸਪੁੱਤਰੀ ਹੈ ਤੇ ਇਹ ਸਾਡਾ ਸੇਵਾਦਾਰ ਹੈ। ਸ੍ਰੀ ਚੰਦ ਨਿਜ ਕੌਸ਼ਰ ਪਾਇਓ, ਦੇਖੋ ਸ੍ਰੀ ਚੰਦ ਨੂੰ ਆਪਣੀ ਗੋਦ ਵਿੱਚ ਪਾਇਆ ਹੈ, ਪਾਲਦੇ ਹਨ। ਤਦਪ ਦੇਵਨ ਬਨਿਆ, ਤੋਂ ਤਾਂ ਵੀ ਕਹਿੰਦੇ ਨੇ ਸਾਨੂੰ ਦੇਣਾ ਬਣਦਾ ਹੈ ਇਹਨਾਂ ਦੇ ਤਾਈ ਕੁਛ। ਹੋਰ ਕਰ ਹਰਖ ਰਜਾਏ ਭਨੀਜੈ, ਇਸ ਵਾਸਤੇ
तो खुश हो करके सानू आग्या दिओ फेरों देश विदेशा असी हुण देशां ते विदेशां नू देखणा जाके नह चिंता चित बीच विचारीए कदे भी मन विच कदे फिकर चिंता नहीं करनी साडे बारे धर्मो धीर धर जैसा तो धीरज धर्म वांग धारण करना है तुसा ने सिमरो जब आवो तत्काल तो जदों भी याद करोंगे असी झट आवांगे धरती वाला धीरज रखो पूर ना जानो बैना ये साडा बचन झूठा ना जाण्यो तुसी सुनत सोदरी सहत स्नेहा तो बड़े प्रेम दे सहत सुन के गुरु नानक साहिब दे बचना नू सकल बचन गुण ऐना सारे महाराज जी गुणा दे खजाने हन सतगुरु नानक साहिब जी रहत एहा जे सदन ना आवो महाराज जे तुसी इत्थे रहिंदे हो भावे घर विच ना भी आवो थाडे तदप पी तिर तेर वासु तदों सानू हौसला रहिंदा धीरज रहिंदा कि आप जी साडे नेड़े हो अतीर विदेश गए ते जदों महाराज तुसी विदेशां नू चले गए फिर साडा धीरज हौसला जिहड़ा उह डोलेगा सुनो ना पिखूं पासू जदों तुहानू ना मैं नेड़े सुणांगी ना नेड़े वेखांगी तदों महाराज जी तो साडा धीरज टिकणा नहीं है तज कर मोह जात हूं हमरा साडा प्रेम छड करके तुसी जा रहे हो दूर क्यों भावे उर तेरे महाराज क्यों तुहाडे मन विच उह चंगा लगदा है सब मन की तुम जान बूझ के सारे मनां दी महाराज अंतरजामी होके जान बूझ के तुसी सब कुछ क्यों नर हो ढिग मेरे ते क्यों नहीं साडे कोल तुसी रहिंदे हो जी चाहिए मोह तजन सुन भगनी ते गुरु साहिब कहिंदे ने भैण जी देखो ये दुनिया का मोह त्यागना चाहिए है राज स्नेह जे बंदे जेड़े इस प्रकार ये स्नेह मोह रूप रस्सी दे जो बन्ने हुए लोग हन नह निकेत ते निकसन पाव है वो तो घरों बाहर निकल नहीं सकते हन मोह च फसे हुए अष्ट जाम फस धंधे अठे पहर धंधिया विच ही फसे रहिंदे हन वो लोग धार उर धीर विचार बिबेकू इस वास्ते धीरज धार के हिरदे विच इस ज्ञान नू धारण करो सिमरन ते मैं आवूं तुसी जदों याद करोगे असी आ जावांगे देश विदेश देखने इच्छा ले इच्छा है साडी पे देशां ते प्रदेशां नू वेखीए असी जाके निदेश तुम जावूं ले निदेश तुहाडी आग्या लैके असी जावांगे हुण बहु बिद बदत बचन ते दे धीरा तो बहुत तरीके नाल बचन करके धीरज दे के बेबे नानकी जी नू दए कारखिक सोऊ तो ओ जिहड़े 20 रुपये असी वापस कर दित्ते हन ਲੈ ਕਰ ਵਿਦਾ ਚੱਲੇ ਦੁੱਖ ਭੰਜਨ ਦੁੱਖਾਂ ਨੂੰ ਨਾਸ ਕਰਨ ਵਾਲੇ ਗੁਰੂ ਨਾਨਕ ਸਾਹਿਬ ਜੀ ਬੇਬੇ ਜੀ ਤੋਂ ਵਿਦਾਇਗੀ ਲੈ ਕਰਕੇ ਵਿਦਾ ਹੋ ਕੇ ਚੱਲੇ ਹਨ ਮਰਦਾਨਾ ਸੰਗ ਦੋ ਮਰਦਾਨਾ ਨਾਲ ਹੈ ਗੁਰੂ ਸਾਹਿਬ ਦੇ ਦੋਨੇ ਚੱਲੇ ਹਨ ਬਿਰਹੇ ਪੀਰ ਤੇਰੇ ਤੇਰੇ ਤੇਰੋ ਦੱਤ ਭਗਨੀ ਇਸ ਪ੍ਰਕਾਰ ਸੋ ਜੋ ਵਿਛੋੜੇ ਦਾ ਦਰਦ ਹੈ ਉਹਦੇ ਕਰਕੇ ਬੇਬੇ ਜੀ ਦੇ ਮਨ ਦੇ ਵਿੱਚ ਕਸ਼ਟ ਜ਼ਰੂਰ ਹੈ ਰਾਖਣ ਬਸ ਨਹਿ ਚੱਲਈ ਪਰ ਕਹਿੰਦੇ ਹੁਣ ਰੱਖਣ ਲਈ ਬਸ ਕੋਈ ਨਹੀਂ ਚੱਲਦਾ ਕਿਵੇਂ ਗੁਰੂ ਨਾਨਕ ਸਾਹਿਬ ਨੂੰ ਕੋਲ ਰੱਖ ਲਈਏ ਆਪਣੇ ਕਹਿਤ ਸੰਤੋਖ ਸਿੰਘ ਭਾ ਪੂਰਨ ਧਿਆਏ ਸੰਤੋਖ ਸਿੰਘ ਕਹਿੰਦੇ ਨੇ ਵੀ ਇੱਥੇ ਜਿਹੜਾ ਇਹ ਧਿਆ ਆਪਣਾ ਧਿਆ ਹੈ ਇਸ ਨੂੰ ਪੂਰਨ ਕੀਤਾ ਹੈ ਦੁੱਖ ਦਲ ਮਲਈ ਜੋ ਸਤਿਗੁਰੂ ਪਾਤਸ਼ਾਹ ਸਮੂਹ ਦੁੱਖਾਂ ਦੇ ਦਲਾਂ ਨੂੰ ਮਲਣ ਵਾਲੇ ਹਨ ਦੋਹਰਾ ਸਾਗਰ ਸ੍ਰੀ ਨਾਨਕ ਚਰਤ ਧੰਨ ਸਾਹਿਬ ਗੁਰੂ ਨਾਨਕ ਸਾਹਿਬ ਦੇ ਚਰਿੱਤਰ ਕੌਤਕ ਜਿਹੜੇ ਨੇ ਸਮੁੰਦਰ ਵਰਗੇ ਹਨ ਬਾਲਾ ਮੰਦਰ ਰੂਪ ਆਈ ਬਾਲਾ ਜੀ ਜਿਹੜੇ ਨੇ ਉਹ ਵਿਧਿਆਚਲ ਪਰਬਤ ਦੀ ਨਿਆਈ ਹਨ ਪ੍ਰੇਮ ਸ਼ੇਸ਼ ਨੇਤੀ ਭਏ ਤੋ ਪ੍ਰੇਮ ਰੂਪ ਸ਼ੇਸ਼ ਨਾਗ ਦਾ ਨੇਤਰਾ ਬਣਾਇਆ ਅਸੀਂ ਕਿੰਨੋ ਮਥਨ ਅਨੂਪ ਉਪਮਾ ਤੋਂ ਰਹਿਤ ਇਉਂ ਰਿੜਕ ਕਰਕੇ ਸਾਰੇ ਗੁਰੂ ਸਾਹਿਬ ਦਾ ਥੰਮ ਥੰਮ ਤੋਂ ਇਤਿਹਾਸ ਤੇ ਸਤਿਗੁਰੂ ਪਾਤਸ਼ਾਹ ਜੀ ਦਾ ਪਵਿੱਤਰ ਇਤਿਹਾਸ ਲਿਖਿਆ ਹੈ ਚੌਪਈ ਕੀਰਤ ਨਿਰਮਲ ਸੁਖਦ ਸੁਦਾਸੀ ਤੋ ਧੰਨ ਮੇਰੇ ਸਤਿਗੁਰੂ ਮਹਾਰਾਜ ਦਾ ਜਸ ਜਿਹੜਾ ਹੈ ਇਹ ਬਹੁਤ ਉੱਜਲ ਅੰਮ੍ਰਿਤ ਵਰਗਾ ਹੈ ਸੁਰ ਸਿੱਖਣ ਹਿੱਤ ਸੁਧ ਨਿਕਾਸੀ ਇਹ ਆਪਣੇ ਦੇਵਤੇ ਰੂਪ ਗੁਰਸਿੱਖਾਂ ਵਾਸਤੇ ਕਹਿੰਦੇ ਅਸੀਂ ਇਹ ਸੋਹਣਾ ਗੁਰੂ ਸਾਹਿਬ ਦਾ ਜਸ ਜਿਹੜਾ ਇਹ ਕੱਢਿਆ ਹੈ ਸੰਸਾਰ ਸਮੁੰਦਰ ਚੋਂ ਨਿਚਰ ਸਾਕਤ ਸਮ ਮਤ ਵਾਰੇ ਜਿਹੜੇ ਇਸ ਪ੍ਰਕਾਰ ਦੈਂਤਾਂ ਦੀ ਨਿਆਈ ਜਿਹੜੇ ਸਾਕਤ ਲੋਕ ਹਨ ਉਹ ਮਸਤ ਹਨ ਜਿਹੜੇ ਇਸ ਪ੍ਰਕਾਰ ਦੇ ਨਾ ਪੀ ਨਾ ਵਿਘਨ ਪਸਾਰੇ ਉਹ ਨਾ ਇਸ ਪ੍ਰਕਾਰ ਇਸ ਨੂੰ ਪੀਂਦੇ ਨੇ ਤੇ ਵਿਘਨ ਅਨੇਕ ਪ੍ਰਕਾਰ ਦੇ ਪਾਉਂਦੇ ਹਨ
ਬੇ ਮੁਖਤਾਈ ਦੇ ਰੂਪ ਮੋਹਨੀ ਅੰਗਦ ਹੋਏ। ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਮੋਹਣੀ ਰੂਪ ਹੋ ਕਰਕੇ ਉਹਨਾਂ ਨੇ ਸੁਰਾ ਬਿਮੁਖਤਾ ਅਸੁਰ ਬਿਗੋਏ। ਜਿਹੜੇ ਇਹੋ ਜਿਹੇ ਅਸੁਰ ਦੈਂਤ ਸਨ ਉਹਨਾਂ ਨੂੰ ਇਸ ਪ੍ਰਕਾਰ ਬੇਮੁਖਤਾ ਦੀ ਸ਼ਰਾਬ ਪਿਆ ਕਰਕੇ ਦੂਰ ਕੀਤਾ ਹੈ। ਸੁਰ ਸਿੱਖਨ ਕੋ ਪਾਨ ਕਰਾਈ। ਇਹ ਕਥਾ ਗੁਰੂ ਅੰਗਦ ਦੇਵ ਸਾਹਿਬ ਨੇ ਕਿਰਪਾ ਕਰਕੇ ਸਿੱਖਾਂ ਰੂਪ ਦੇਵਤਿਆਂ ਨੂੰ ਇਹ ਪਿਆਈ ਹੈ। ਇਸ ਪ੍ਰਕਾਰ ਸੁਖ ਅਪਵਰਗ ਦੀਨ ਸਮਦਾਈ। ਇਹ ਜੋ ਮੁਕਤੀ ਰੂਪ ਸੁੱਖ ਹੈ ਉਹ ਸੁੱਖ ਦੇਣ ਵਾਸਤੇ ਗੁਰੂ ਸਾਹਿਬ ਨੇ ਸੁੰਦਰ ਕਥਾ ਬਖਸ਼ਿਸ਼ ਕੀਤੀ ਹੈ ਸਿੱਖਾਂ ਨੂੰ। ਭਇਓ ਰਾਹੋ ਹੰਧਾਲੇ ਜਾਇਆ। ਉਹ ਕਹਿੰਦੇ ਹੰਧਾਲ ਦਾ ਜਾਇਆ ਹੋਇਆ ਇੱਕ ਜਿਹੜਾ ਸੀ ਉਹ ਰਾਹੂ ਦੀ ਨਿਆਂ ਚੰਬੜਿਆ ਹੈ। ਜਿਨ ਪੁਸਤਕ ਵਿਪਰੀਤ ਬਣਾਇਆ। ਜਿਸ ਨੇ ਕਹਿੰਦੇ ਇਹ ਧੰਨ ਗੁਰੂ ਨਾਨਕ ਸਾਹਿਬ ਦੇ ਇਤਿਹਾਸ ਦੀ ਪੁਸਤਕ ਨੂੰ ਕਹਿੰਦੇ ਨੇ ਉਲਟ ਵਿਗਾੜ ਕੇ ਬਣਾ ਦਿੱਤਾ ਸੀ। ਜਸ ਰਾਕਸ਼ਸ ਗ੍ਰਸਹਨ ਕੀਨਾ। ਜਿਸ ਤਰੀਕੇ ਦੇ ਨਾਲ ਰਾਹੂ ਨੇ ਕਹਿੰਦੇ ਚੰਦਰਮਾ ਨੂੰ ਗ੍ਰਹਿਣ ਕੀਤਾ ਜਿਵੇਂ ਗ੍ਰਹਿਣ ਲੱਗਦਾ ਹੈ। ਮੂਰਖ ਮਤ ਕਮਲਨ ਮਲੀਨਾ। ਉਹ ਕਹਿੰਦੇ ਇਸ ਪ੍ਰਕਾਰ ਮੂਰਖ ਮਤ ਵਾਲਾ ਜਿਹੜਾ ਸੀ ਸੋ ਮੈਲੇ ਮਨ ਵਾਲਾ ਸੀ ਉਹ। ਦੋਹਰਾ ਕਹਿਤ ਕਥਾ ਕਵ ਕਾਮਦਾ। ਉਹ ਕਵੀ ਜੀ ਬੜੇ ਸੁੰਦਰ ਸਮੂਹ ਕਾਮਨਾ ਨੂੰ ਪੂਰੀ ਕਰਨ ਵਾਲੀ ਕਥਾ ਗੁਰੂ ਦੀ ਕਹਿ ਰਹੇ ਹਨ। ਗੁਰਸਿੱਖਨ ਕੇ ਪਾਸ। ਗੁਰਸਿੱਖਾਂ ਦੇ ਕੋਲ ਬੈਠ ਕਰਕੇ ਸਰੋਤਨ ਉਰ ਸੰਸਾ ਭਇਓ। ਸਰੋਤਿਆਂ ਦੇ ਮਨ ਵਿੱਚ ਇੱਕ ਸ਼ੰਕਾ ਹੋਈ ਹੈ। ਜਿਨ ਮਨ ਸੁਣਨ ਹੁਲਾਸ। ਜਿਹਨਾਂ ਦੇ ਮਨ ਵਿੱਚ ਕਥਾ ਸੁਣਨ ਦਾ ਉਤਸ਼ਾਹ ਹੈ ਉਹਨਾਂ ਨੇ ਬੇਨਤੀ ਕੀਤੀ ਹੈ। ਜੋ ਪਈ ਸ੍ਰੀ ਨਾਨਕ ਬਰ ਪਰਮ ਬਿਲਾਸਾ। ਧੰਨ ਸਤਿਗੁਰੂ ਨਾਨਕ ਸਾਹਿਬ ਦੇ ਸੋਹਣੇ ਸ੍ਰੇਸ਼ਟ ਜੋ ਕੌਤਕ ਹਨ। ਬਹੁ ਪੋਥੀ ਪਰ ਹੈ ਇਤਿਹਾਸਾ। ਬੜੀਆਂ ਪੋਥੀਆਂ ਵਿੱਚ ਇਤਿਹਾਸ ਲਿਖਿਆ ਹੋਇਆ ਹੈ ਜੀ। ਸੋ ਤੋ ਲਿਖਿਓ ਅਵਰ ਬਿਦ ਤਿਹਵਾਂ। ਉੱਥੇ ਤਾਂ ਹੋਰ ਤਰੀਕੇ ਨਾਲ ਲਿਖਿਆ ਹੋਇਆ, ਤੁਸੀਂ ਹੋਰ ਤਰੀਕੇ ਨਾਲ ਸੁਣਾਉਂਦੇ ਹੋ ਕਵੀ ਜੀ। ਤੁਮ ਮੁਖ ਸੋ ਅਵਰ ਹੈ ਬਿਦ ਕਹਿਵਾ। ਤੁਹਾਡੇ ਮੁਖ ਤੋਂ ਅਸੀਂ ਹੋਰ ਤਰੀਕੇ ਨਾਲ ਇਤਿਹਾਸ ਸੁਣ ਰਹੇ ਹਾਂ। ਸਰੋਤਿਆਂ ਨੇ ਭਾਈ ਸੰਤੋਖ ਸਿੰਘ ਜੀ ਹੁਣਾਂ ਨੇ ਇਹ ਬੇਨਤੀ ਕੀਤੀ ਹੈ। ਚੌਪਈ ਇਹ ਸੰਸਾ ਹਮਰੇ ਉਰ ਆਇਓ। ਸਾਡੇ ਮਨ ਵਿੱਚ ਇਸ ਗੱਲ ਦਾ ਸ਼ੰਕਾ ਆਇਆ ਹੈ ਜੀ। ਕਿਉਂ ਤੁਮ ਅਨਤ ਹੈ ਗਤ ਹੈ ਅਲਾਇਓ। ਤੁਸੀਂ ਹੋਰ ਤਰੀਕੇ ਦੇ ਨਾਲ ਗੁਰੂ ਸਾਹਿਬ ਦੀ ਕਥਾ ਕਿਵੇਂ ਕਹਿ ਰਹੇ ਹੋ। ਸੋ ਕਹਿ ਕਰ ਸਭ ਦੇਹੋ ਮਿਟਾਏ। ਤੋ ਕਿਰਪਾ ਕਰਕੇ ਉਹ ਸਾਡਾ ਸ਼ੰਕਾ ਦੂਰ ਕਰੋ ਜੀ। ਗੁਰਪਦ ਨਿਹਚਾ ਜਿਸਤੇ ਆਏ। ਜਿਸ ਕਰਕੇ ਧੰਨ ਗੁਰੂ ਸਾਹਿਬ ਜੀ ਦੇ ਚਰਨਾਂ ਕਮਲਾਂ ਤੇ ਸਾਡਾ ਵਿਸ਼ਵਾਸ ਜੁੜ ਜਾਵੇ। ਤਿਨ ਤੇ ਸੁਣ ਕਵ ਬਚਨ ਬਖਾਨਾ। ਕਵੀ ਜੀ ਨੇ ਉਹਨਾਂ ਤੋਂ ਇਹ ਸ਼ੰਕਾ ਸਰਵਣ ਕੀਤੀ ਤੇ ਉਹਨਾਂ ਨੂੰ ਇਸ ਪ੍ਰਕਾਰ ਜਵਾਬ ਦਿੱਤਾ ਹੈ। ਤੁਮਰੀ ਧੰਨ ਸਮਤ ਮਤਵਾਨਾ। ਤੁਸੀਂ ਬਹੁਤ ਮਤਵਾਨ ਸਿਆਣੇ ਹੋ, ਧੰਨ ਤੁਹਾਡੀ ਮਤ ਅਕਲ ਹੈ। ਭਲੋ ਸੰਦੇਹ ਆਪ ਮਨ ਠਾਨਾ। ਬਹੁਤ ਚੰਗਾ ਕਹਿੰਦੇ ਸ਼ੰਕਾ ਮਨ ਵਿੱਚ ਤੁਸੀਂ ਵਿਚਾਰ ਕੀਤਾ ਹੈ। ਉੱਤਰ ਸੁਣੋ ਦੇ ਨਿਜ ਕਾਨਾ। ਆਪਣਾ ਕੰਨ ਦੇਖ ਕਰਕੇ ਆਪਣੇ ਇਸ ਸ਼ੰਕੇ ਦਾ ਜਵਾਬ ਸੁਣੋ ਸਾਡੇ ਕੋਲੋਂ। ਦੋਹਰਾ ਪ੍ਰਥਮੇ ਤੁਮ ਸੰਦੇਹ ਕੋ। ਪਹਿਲਾਂ ਮੈਂ ਤੁਹਾਡਾ ਜੋ ਸ਼ੰਕਾ ਹੈ ਉਸ ਨੂੰ ਸਭ ਬਿਦ ਕਰੋ ਵਿਨਾਸ਼। ਪਹਿਲਾਂ ਉਹ ਸਾਰਾ ਸ਼ੰਕਾ ਤੁਹਾਡਾ ਦੂਰ ਕਰਾਂਗਾ। ਬਦਨੇ ਤੇ ਉਚਰੋ ਬਹੁਰ। ਉਸ ਤੋਂ ਬਾਅਦ ਆਪਣੇ ਮੁਖ ਤੋਂ ਉਚਾਰਨ ਕਰਾਂਗਾ ਸ੍ਰੀ ਨਾਨਕ ਪ੍ਰਕਾਸ਼। ਧੰਨ ਸਾਹਿਬ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਇਤਿਹਾਸ ਜੋ ਹੈ ਦੱਸਾਂਗਾ। ਚੌਪਈ ਜਿਹ ਨਰ ਗੁਰ ਚਰਨਨ ਮਹਿ ਪ੍ਰੀਤਾ। ਜਿਹਨਾਂ ਦੇ ਗੁਰਸਿੱਖਾਂ ਦੇ ਮਨ ਵਿੱਚ ਗੁਰੂ ਦੇ ਚਰਨਾਂ ਦੀ ਪ੍ਰੀਤ ਹੈ। ਕਹਿਤ ਸੁਨਤ ਕੀਰਤ ਇਹ ਰੀਤਾ। ਉਹ ਭਾਈ ਇਸ ਤਰੀਕੇ ਦੇ ਨਾਲ ਗੁਰੂ ਸਾਹਿਬ ਦਾ ਜਸ ਕਹਿੰਦੇ ਸੁਣਦੇ ਹਨ। ਕਰ ਸੰਸੇ ਬਿਨ ਸੰਸੇ ਹੋਏ। ਕਿਉਂਕਿ ਭਾਈ ਜਿਹੜੇ ਸ਼ੰਕਾ ਕਰਦੇ ਨੇ ਉਹ ਸ਼ੰਕਾ ਕਰਕੇ ਮੁੜ ਕੇ ਸ਼ੰਕਾ ਨਿਵਿਰਤ ਕਰ ਲੈਂਦੇ ਹਨ, ਇਸ ਲਈ ਸ਼ੰਕਾ ਕਰੀਦੇ ਵੀ ਸ਼ੰਕਾ ਨਿਵਿਰਤ ਹੋ ਜਾਵੇ। ਆਨ ਥਾਨ ਨਹਿ ਭਰਮੇ ਸੋਏ। ਉਹ ਹੋਰ ਕਿਸੇ ਜਗ੍ਹਾ ਤੇ ਫਿਰ ਭਟਕਦੇ ਨਹੀਂ ਹਨ। ਗੁਰਪਦ ਪੰਕਜ ਨਿਸ਼ਚਾ ਧਰਹੀ। ਤੋ ਗੁਰੂ ਦੇ ਚਰਨਾਂ ਵਿੱਚ ਫਿਰ ਉਹ ਨਿਸ਼ਚਾ ਕਰਦੇ, ਕਿਉਂਕਿ ਗੁਰੂ ਸਾਹਿਬ ਦਾ ਹੁਕਮ ਹੈ ਗੁਰ ਮਿਲੀਆ ਸ਼ੰਕ ਉਤਾਰ। ਜਦੋਂ ਗੁਰੂ ਨੂੰ ਮਿਲਣਾ ਤੇ ਮਨ 'ਚ ਕੋਈ ਸ਼ੰਕਾ ਨਹੀਂ ਹੋਣਾ ਚਾਹੀਦਾ, ਜੇ ਕੋਈ ਸ਼ੱਕ ਹੋਵੇ ਤੇ ਉਸ ਨੂੰ ਦੂਰ ਕਰ ਲੈਣਾ ਚਾਹੀਦਾ ਹੈ। ਆਨ ਦੇਵ ਕੀ ਆਸ ਨਾ ਕਰਹੀ। ਹੋਰ ਕਿਸੇ ਦੇਵੀ ਦੇਵਤੇ ਦੀ ਆਸ ਨਹੀਂ ਸਿੱਖ ਕਰਦਾ ਫਿਰ। ਭੂਪਤ ਸੇਵ ਹੈ ਭੂਪਤ ਜਾਚ ਹੈ। ਜਿਹੜੇ ਰਾਜੇ ਦੀ ਸੇਵਾ ਕਰਦੇ ਫਿਰ ਰਾਜੇ ਕੋਲੇ ਮੰਗਦੇ ਹਨ। ਪ੍ਰਿਤ ਜਾਚਕ ਪਰ ਕੈਸੇ ਰਾਚ ਹੈ। ਉਹ ਮੰਗਤਿਆਂ ਕੋਲੋਂ ਤੇ ਨੌਕਰਾਂ ਕੋਲੋਂ ਫਿਰ ਕਿੱਦਾਂ ਜਾ ਕੇ ਮੰਗਣਗੇ ਜਿਹੜੇ ਰਾਜੇ ਦੇ ਸੇਵਕ ਹਨ। ਸੂਰਜ ਹੇਰ ਕਮਲ ਬਿਗਸਾਵੇ। ਦੇਖੋ ਹਮੇਸ਼ਾ ਹੀ ਕੁਦਰਤ ਦਾ ਨਿਯਮ ਹੈ,
ਸੂਰਜ ਨੂੰ ਦੇਖ ਕੇ ਤੇ ਕਮਲ ਖਿੜਦੇ ਹਨ। ਖਦਿਓ ਤਹਿ ਤੇ ਕਿਉਂ ਹਰ ਖਾਵੇ, ਤੇ ਇਸ ਪ੍ਰਕਾਰ ਕਿਸੇ ਜੁਗਨੂੰ ਦੀ ਲਾਈਟ ਦੇਖ ਕਰਕੇ ਕਦੇ ਵੀ ਕਮਲ ਨਹੀਂ ਖਿੜਦੇ ਹਨ। ਚੰਦ ਚਕੋਰ ਚਿਤਵ ਸੁਖ ਪਾਵੇ, ਚਕੋਰ ਜਿਹੜੀ ਹੈ ਚੰਦਰਮਾ ਨੂੰ ਦੇਖ ਕੇ ਹੀ ਇਸ ਪ੍ਰਕਾਰ ਸੁਖ ਪਾਉਂਦੀ ਹੈ। ਕਹੁ ਤਾਰਨ ਤੇ ਕਿਉਂ ਤ੍ਰਿਪਤਾਵੇ, ਤਾਰਿਆਂ ਨੂੰ ਵੇਖ ਕਰਕੇ ਕਦੇ ਵੀ ਉਸ ਨੂੰ ਸੁਖ ਨਹੀਂ ਹੁੰਦਾ ਹੈ। ਦੋਹਰਾ ਪੂਰਬ ਪੋਥੀ ਜੋ ਲਿਖੀ, ਇਹ ਗੱਲ ਸੁਣੋ ਵੀ ਜਿਹੜੀ ਪਹਿਲਾਂ ਪੋਥੀ ਸਾਹਿਬ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਇਸ ਪ੍ਰਕਾਰ ਸ਼੍ਰੀ ਖਡੂਰ ਸਾਹਿਬ ਦੇ ਵਿੱਚ ਭਾਈ ਬਾਲਾ ਜੀ ਤੋਂ ਸੁਣੀ, ਪੈੜਾ ਮੁਖਾ ਸਿੱਖ ਨੇ ਜੋ ਲਿਖੀ ਸੀ ਜਨਮ ਸਾਖੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ। ਸ਼੍ਰੀ ਨਾਨਕ ਇਤਿਹਾਸ, ਸਾਹਿਬ ਗੁਰੂ ਨਾਨਕ ਸਾਹਿਬ ਜੋ ਇਤਿਹਾਸ ਲਿਖਿਆ ਸੀ, ਲਿਖਵਾਈ ਅੰਗਦ ਗੁਰੂ, ਧੰਨ ਗੁਰੂ ਅੰਗਦ ਦੇਵ ਸਾਹਿਬ ਨੇ ਲਿਖਵਾਈ ਸੀ। ਬਾਲੇ ਬਦਨ ਪ੍ਰਕਾਸ਼, ਭਾਈ ਬਾਲਾ ਜੀ ਦੇ ਮੁਖ ਤੋਂ ਇਹ ਪ੍ਰਕਾਸ਼ ਹੋਈ ਸੀ। ਚੌਪਈ ਜਬ ਬੈਕੁੰਠ ਅੰਗਦ ਗੁਰ ਗਏ, ਧੰਨ ਗੁਰੂ ਅੰਗਦ ਦੇਵ ਸਾਹਿਬ ਜਦੋਂ ਸੱਚਖੰਡ ਪਿਆਨਾ ਕਰ ਗਏ, ਅਮਰਦਾਸ ਗੁਰ ਹੋਵਤ ਭਏ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਗੁਰਤਾ ਨੂੰ ਪ੍ਰਾਪਤ ਹੋਏ। ਬਹੁ ਸਿੱਖਣ ਕੋ ਕੀਨ ਉਧਾਰਾ, ਬਹੁਤ ਸਿੱਖਾਂ ਦਾ ਗੁਰੂ ਸਾਹਿਬਾਂ ਨੇ ਉਧਾਰ ਕੀਤਾ। ਦੰਭ ਕੁਮਾਰਗ ਭਾਵ ਨਿਰਵਾਰਾ, ਸੰਸਾਰ ਦੇ ਵਿੱਚੋਂ ਪਖੰਡ ਨੂੰ ਤੇ ਜੋ ਖੋਟੇ ਰਸਤੇ ਸੀ ਦੂਰ ਕੀਤੇ। ਚੌਪਈ ਅਮਰਦਾਸ ਗੁਰ ਤੇ ਪਛਚਾਤਾ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਤੋਂ ਪਿੱਛੋਂ ਰਾਮਦਾਸ ਭੇ ਭਾਵ ਬਖਿਆਤਾ, ਸੰਸਾਰ ਵਿੱਚ ਪ੍ਰਗਟ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਪ੍ਰਗਟ ਗੁਰੂ ਹੋਏ। ਤਿੰਨ ਹਦੂਰ ਸਿੱਖ ਭਇਓ ਹੰਦਾਲਾ, ਉਹਨਾਂ ਦੀ ਹਜ਼ੂਰੀ ਦੇ ਵਿੱਚ ਅੰਮ੍ਰਿਤਸਰ ਸਾਹਿਬ ਵਿੱਚ ਇੱਕ ਸਿੱਖ ਹੋਇਆ, ਉਹਦਾ ਨਾਮ ਸੀ ਹਿੰਦਾਲ। ਤਾਂ ਪਰ ਸ੍ਰੀ ਗੁਰ ਬਹੁਤ ਕਿਰਪਾਲਾ, ਬੜੇ ਪ੍ਰੇਮ ਨਾਲ ਸੇਵਾ ਕਰਦਾ ਸੀ ਗੁਰੂ ਰਾਮਦਾਸ ਜੀ, ਬੜੀ ਖੁਸ਼ੀ ਸੀ ਉਸ ਦੇ ਉੱਪਰ। ਟਹਿਲ ਦੇਗ ਕੀ ਅਦਕ ਕਰੇ, ਉਹ ਲੰਗਰ ਦੀ ਬਹੁਤ ਸੇਵਾ ਕਰਦਾ ਸੀ। ਮਨ ਇਸ ਥਿਰ ਨਹਿ ਡੋਲਣ ਦੇਈ, ਉਹਦਾ ਮਨ ਬੜਾ ਗੁਰੂ ਤੇ ਟਿਕਿਆ ਹੋਇਆ ਸੀ, ਡੋਲਣ ਨਹੀਂ ਸੀ ਦਿੰਦਾ ਉਹ। ਪੂਰਨ ਸਿੱਖ ਹੋਏ ਸੁਖ ਪਾਇਆ, ਪੂਰਨ ਗੁਰਸਿੱਖ ਹੋ ਕੇ ਉਹਨੇ ਸੁਖ ਪ੍ਰਾਪਤ ਕੀਤਾ ਗੁਰੂ ਤੋਂ। ਮਾਨਤ ਗੁਰ ਕੀ ਸਦਾ ਰਜਾਇਆ, ਸਦਾ ਹੀ ਗੁਰੂ ਸਾਹਿਬ ਜੀ ਦੇ ਹੁਕਮ ਦੀ ਪਾਲਣਾ ਕਰਦਾ ਸੀ ਉਹ। ਦੋਹਰਾ ਟਹਿਲ ਦੇਗ ਕੀ ਕਰਤ ਜਹੈ, ਜਿੱਥੇ ਲੰਗਰ ਦੀ ਸੇਵਾ ਕਰਦਾ ਸੀ ਹਿੰਦਾਲ ਸਿੱਖ, ਤਹਿ ਆਏ ਗੁਰ ਸੋਏ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਉਸ ਵੇਲੇ ਲੰਗਰ ਚ ਆ ਗਏ। ਸੋਢ ਬੰਸ ਸਭਤਾ ਭਏ, ਧੰਨ ਸੋਢ ਬੰਸ ਦੇ ਸੂਰਜ ਰੂਪ ਗੁਰੂ ਰਾਮਦਾਸ ਜੀ। ਰਾਮਦਾਸ ਪ੍ਰਭ ਜੋਏ, ਜੋ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਸਨ ਉੱਥੇ ਆ ਗਏ। ਚੌਪਈ ਹੇਰ ਉੱਠਿਓ ਗੁਰ ਕੋ ਤਤਕਾਲ, ਛੱਟ ਸੇਵਾ ਕਰਦਾ ਸੀ ਲੰਗਰ ਦੀ, ਗੁਰੂ ਸਾਹਿਬ ਨੂੰ ਦੇਖ ਕੇ ਸਤਿਕਾਰ ਵਿੱਚ ਉੱਠ ਖੜਾ ਹੋਇਆ। ਪ੍ਰੇਮ ਮਗਨ ਮੈਂ ਹਿਰਦਾ ਵਿਸਾਲਾ, ਜਿਹਦਾ ਹਿਰਦਾ ਗੁਰੂ ਸਾਹਿਬ ਦੇ ਪ੍ਰੇਮ ਦੇ ਵਿੱਚ ਬੜਾ ਰੰਗਿਆ ਹੋਇਆ ਸੀ। ਮੰਡਤ ਆਟਾ ਕਰ ਸੋ ਲਾਗਿਓ, ਤੂੰ ਕਿਉਂਕਿ ਆਟਾ ਗੁੰਨ ਰਿਹਾ ਸੀ, ਹੱਥਾਂ ਨੂੰ ਆਟਾ ਲੱਗਾ ਹੋਇਆ ਸੀ ਉਸਦੇ। ਦੇਖਤ ਪ੍ਰਭ ਕੋ ਟਹਿਲ ਤਿਆਗਿਓ, ਤਾਂ ਗੁਰੂ ਸਾਹਿਬ ਦਾ ਦਰਸ਼ਨ ਕਰਦੇ ਸਾਰ ਇਹਨੇ ਆਟਾ ਗੁੰਨਣਾ ਛੱਡ ਦਿੱਤਾ। ਪ੍ਰਿਸ਼ਟ ਹੱਥ ਧਰ ਬੰਧਨ ਕੀਨੀ, ਪਿਛਲੇ ਪਾਸੇ ਦੋਵੇਂ ਹੱਥ ਕਰਕੇ ਤੇ ਮੱਥਾ ਗੁਰੂ ਸਾਹਿਬ ਦੇ ਚਰਨਾਂ ਤੇ ਇਹਨੇ ਟੇਕਿਆ। ਲੱਗੇ ਨਾ ਮਾਟੀ ਕਰ ਉਰ ਚੀਨੀ, ਮਨ ਵਿੱਚ ਜਾਣਿਆ ਮੇਰੇ ਹੱਥ ਜਿਹੜੇ ਨੇ ਆਟੇ ਨਾਲ ਲਿਬੜੇ ਨੇ, ਤੇ ਜੇ ਮੈਂ ਥੱਲੇ ਧਰਤੀ ਤੇ ਲਾਊਂਗਾ ਇਹ ਹੱਥ ਲਿਬੜ ਜਾਣਗੇ ਮਿੱਟੀ ਨਾਲ। ਲੰਗਰ ਦੇ ਸਤਿਕਾਰ ਲਈ ਹੱਥ ਪਿੱਛੇ ਕਰ ਲਏ, ਗੁਰੂ ਸਾਹਿਬ ਮੱਥਾ ਟੇਕਿਆ। ਤਬ ਤੇ ਬਖਸ਼ ਗੁਰੂ ਕੀ ਭਈ, ਤਦੋਂ ਤੋਂ ਕਹਿੰਦੇ ਇਹਨਾਂ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ ਸੀ ਗੁਰੂ ਰਾਮਦਾਸ ਦੀ। ਰਿਸ਼ਟ ਹੱਥ ਕਰ ਬੰਧਨ ਕਈ, ਇਹ ਜਿਹੜੇ ਵੀ ਇਸ ਦੀ ਹੰਦਾਲ ਦੀ ਅੰਸ਼ ਹੋਈ ਉਹ ਇਸੇ ਤਰ੍ਹਾਂ ਹੀ ਪਿੱਛੇ ਹੱਥ ਕਰਕੇ ਮੱਥਾ ਟੇਕਦੇ ਸਨ। ਇਹ ਕੀ ਸੰਤਤ ਮਹਿ ਜੋ ਹੋਏ, ਜੋ ਵੀ ਉਸ ਦੀ ਔਲਾਦ ਵਿੱਚ ਹੁੰਦਾ ਸੀ ਅੱਗੇ। ਹੱਥ ਪ੍ਰਿਸ਼ਟ ਧਾਰ ਬੰਧ ਸੋਏ, ਉਹ ਪਿੱਛੇ ਹੱਥ ਕਰਕੇ ਇਸੇ ਤਰ੍ਹਾਂ ਹੀ ਤੇ ਮੱਥਾ ਟੇਕਦਾ ਗੁਰੂ ਘਰ ਵਿੱਚ। ਅਬ ਤੱਕ ਹੈ ਤਿਨਕੇ ਇਹ ਚਾਲੀ, ਹੁਣ ਤੱਕ ਕਵੀ ਜੀ ਕਹਿੰਦੇ ਵੀ ਉਹਨਾਂ ਦੇ ਜਿਹੜੀ ਵੰਸ਼ ਵਿੱਚ ਇਹੋ ਹੀ ਮਰਿਆਦਾ ਹੈ। ਬਖਸ਼ ਕਰੀ ਸ੍ਰੀ ਗੁਰ ਜਿਹ ਢਾਲੀ, ਜਿਸ ਤਰੀਕੇ ਦੇ ਨਾਲ ਸਤਿਗੁਰੂ ਨੇ ਬਖਸ਼ਿਸ਼ ਕੀਤੀ ਇਹਨਾਂ ਤੇ। ਦੋਹਰਾ ਤਿਹ ਕੀ ਸੰਤਤ ਕੇ ਵਿਖੇ, ਉਸ ਹਿੰਦਾਲ, ਇਹ ਭਾਈ ਹਿੰਦਾਲ ਜਿਹੜਾ ਇਹ ਗੁਰੂ ਕੇ ਜੰਡਿਆਲੇ ਦਾ ਹੋਇਆ ਹੈ, ਉੱਥੇ ਉਹਨਾਂ ਦਾ ਡੇਰਾ ਹੈ ਤੇ ਉਹਨਾਂ ਦੀ ਵੰਸ਼ ਉੱਥੇ ਚੱਲਦੀ ਹੈ। ਇਹਨਾਂ ਦੀ ਵੰਸ਼ ਦੇ ਵਿੱਚ ਕਹਿੰਦੇ ਇੱਕ ਫਿਰ ਇਹੋ ਜਿਹਾ ਹੋਇਆ ਅੱਗੇ। ਇੱਕ ਸਾਕਤ ਭਾਰ ਨੀਰ, ਨੀਚ ਕਹਿੰਦੇ ਇੱਕ ਬੜਾ ਭਾਰੀ ਮਾੜੀ ਬਿਰਤੀ ਦਾ ਕਹਿੰਦੇ ਇੱਕ ਸਾਕਤ ਮਨਮੁਖ ਹੋਇਆ ਹੈ। ਸ੍ਰੀ ਨਾਨਕ ਇਤਿਹਾਸ ਜੋ, ਧੰਨ ਸਾਹਿਬ ਗੁਰੂ ਨਾਨਕ ਸਾਹਿਬ ਦਾ ਜੋ ਇਤਿਹਾਸ ਹੈ। ਆਵਾ ਤਿਹ ਕਰ ਬੀਚ, ਇਹ ਜਿਹੜੀ ਪੋਥੀ ਸੀ ਉਸ ਦੇ ਹੱਥ ਵਿੱਚ ਆ ਗਈ ਚੌਥੇ ਪਾਤਸ਼ਾਹ ਦੇ ਸਮੇਂ। ਚੌਪਈ ਗੁਰ ਅੰਗਦ ਜੀ ਜੋ ਲਿਖਵਾਈ, ਜੋ ਗੁਰੂ ਅੰਗਦ ਦੇਵ ਸਾਹਿਬ ਨੇ ਪੋਥੀ ਲਿਖਾਈ ਸੀ ਜਨਮ ਸਾਖੀ ਗੁਰੂ ਨਾਨਕ
ਸਾਹਿਬੀ ਬਹੁ ਨਹ ਲਿਖੀ ਰਹੀ ਇੱਕ ਥਾਈ। ਉਹ ਇੱਕੋ ਹੀ ਇਸ ਪ੍ਰਕਾਰ ਪੁਸਤਕ ਬਣਿਆ ਸੀ, ਬਹੁਤੀਆਂ ਨਹੀਂ ਸੀ ਲਿਖੀਆਂ ਉਹਦੇ ਤੋਂ। ਇੱਕ ਕਬੀਰ ਬੰਸੀ ਮਿਲ ਤਾਹੀ, ਇੱਕ ਤਾਂ ਕਬੀਰ ਬੰਸ ਦਾ ਬੰਦਾ ਮਿਲ ਗਿਆ ਉਸ ਬੰਦੇ ਹਿੰਦਾਲੀਏ ਦੇ ਤਾਈ। ਸੋ ਪੋਥੀ ਪੜ੍ਹ ਗੁਣ ਮਨ ਮਾਹੀ, ਉਹਨਾਂ ਨੇ ਉਸ ਪੋਥੀ ਨੂੰ ਪੜ੍ਹ ਕੇ ਮਨ ਚ ਵਿਚਾਰ ਕੀਤਾ। ਕਰ ਕੁਕਰਮ ਅਨਸੋਧ ਬਣਾਈ, ਉਹਨਾਂ ਨੇ ਐਸਾ ਖੋਟਾ ਕਰਮ ਕੀਤਾ ਕਿ ਉਹ ਪੋਥੀ ਜਿਹੜੀ ਸੀ ਉਸ ਤੋਂ ਸੁਪੜ ਸੁਣ ਕਰਕੇ ਉਹਨਾਂ ਨੇ ਵਿਗਾੜ ਕਰਕੇ ਇੱਕ ਹੋਰ ਪੋਥੀ ਤਿਆਰ ਕਰ ਦਿੱਤੀ। ਆਪਣ ਵੱਡਨ ਕੀ ਕੀਰਤ ਪਾਈ, ਜਿਹਦੇ ਵਿੱਚ ਆਪਣੇ ਵੱਡਿਆਂ ਦੀ, ਇੱਕ ਤਾਂ ਕਬੀਰ ਪੰਥੀਆਂ ਨੇ ਕਬੀਰ ਦੀ ਸਿਫਤ ਅਤੇ ਹਿੰਦਾਲੀਆਂ ਨੇ ਹਿੰਦਾਲ ਦੀ ਸਿਫਤ ਉਹਦੇ ਵਿੱਚ ਪਾ ਦਿੱਤੀ। ਬਚਨ ਅਨਚਿਤ ਲਿਖੇ ਸਮਦਾਏ, ਬਹੁਤ ਸਾਰੇ ਅਯੋਗ ਬਚਨ ਜਿਹੜੇ ਸੀ ਉਹ ਗੁਰੂ ਸਾਹਿਬ ਦੇ ਜੀਵਨ ਵਿੱਚ ਲਿਖ ਦਿੱਤੇ ਉਹਨਾਂ ਨੇ। ਜਿਨ ਕੇ ਪੜ੍ਹਨ ਸੁਣਨ ਅੱਗ ਪਾਏ, ਜਿਹਨਾਂ ਨੂੰ ਪੜ੍ਹਨ ਸੁਣਨ ਦੇ ਨਾਲ ਮਨੁੱਖ ਪਾਪਾਂ ਦਾ ਭਾਗੀ ਬਣਦਾ ਹੈ। ਆਪਣਾ ਵੱਡਾ ਜਾਨ ਹਿੰਦਾਲੂ, ਤੋ ਆਪਣਾ ਵੱਡਾ ਹਿੰਦਾਲ ਜਾਣ ਕੇ ਇਹਨਾਂ ਨੇ ਦੇਹ ਕੀ ਕੀਰਤ ਲਿਖੀ ਵਿਸਾਲੂ, ਗੁਰੂ ਨਾਨਕ ਨਾਲੋਂ ਵੀ ਵੱਡੀ ਸਿਫਤ ਹਿੰਦਾਲ ਦੀ ਲਿਖ ਦਿੱਤੀ ਉਹਨਾਂ ਨੇ। ਸ੍ਰੀ ਨਾਨਕ ਤੇ ਵੱਡੀ ਬਣਾਏ, ਗੁਰੂ ਨਾਨਕ ਸਾਹਿਬ ਤੋਂ ਵੱਡੀ ਸਿਫਤ ਬਣਾ ਕੇ ਉਹਦੀ ਲਿਖ ਦਿੱਤੀ ਉਹਨਾਂ ਨੇ। ਮਹਿਮਾ ਲਿਖਤ ਭਇਓ ਬਹੁ ਭਾਏ, ਬੜ ਤਰੀਕਿਆਂ ਦੇ ਨਾਲ ਸਿਫਤਾਂ ਜਿਹੜੀਆਂ ਨੇ ਭਾਈ ਹਿੰਦਾਲ ਦੀਆਂ ਇਹਨਾਂ ਨੇ ਲਿਖ ਦਿੱਤੀਆਂ। ਦੋਹਰਾ ਉਕਤ ਜੁਗਤ ਕਰ ਅਨਕ ਵਿਦ, ਅਨੇਕ ਪ੍ਰਕਾਰ ਦੀਆਂ ਉਕਤੀਆਂ ਜੁਗਤੀਆਂ ਕਰਕੇ ਉਹਨਾਂ ਨੇ ਸਾਖੀ ਕਰੀ ਅਸੋਧ, ਤੇ ਅਸ਼ੁੱਧ ਸਾਖੀਆਂ ਕਰ ਦਿੱਤੀਆਂ ਗੁਰੂ ਨਾਨਕ ਸਾਹਿਬ ਦੀਆਂ, ਵਿਗਾੜ ਦਿੱਤੀਆਂ। ਸੁਣ ਕਰ ਭਰਮੇ ਨਰ ਬਹੁਤ, ਜਿਹਨੂੰ ਸੁਣ ਪੜ੍ਹ ਕਰਕੇ ਬਹੁਤ ਲੋਕ ਭਟਕ ਗਏ। ਜਿਨ ਕੇ ਮਨ ਨਹਿ ਬੋਧ, ਜਿਹਨਾਂ ਦੇ ਮਨ ਵਿੱਚ ਗਿਆਨ ਨਹੀਂ ਸੀ ਉਹ ਫਿਰ ਗੁਰੂ ਨਾਨਕ ਸਾਹਿਬ ਤੋਂ ਮਨ ਭਟਕ ਗਿਆ ਉਹਨਾਂ ਦਾ। ਚੌਪਈ ਤਿਹ ਸਾਕਤ ਐਸੀ ਉਰ ਧਾਰੀ, ਉਹਨਾਂ ਸਾਕਤਾਂ ਨੇ ਇਹੋ ਜਿਹੀ ਮਨ ਵਿੱਚ ਧਾਰ ਲਈ ਇੱਛਾ। ਜਾਨ ਪਿੱਤਰ ਨਿਜ ਲਿਖਾ ਸੁਧਾਰੀ, ਆਪਣੇ ਪਿਤਰਾਂ ਨੂੰ ਵੱਡਾ ਜਾਣ ਕਰਕੇ ਉਹਨਾਂ ਨੇ ਇਉਂ ਲਿਖ ਦਿੱਤੀ। ਗੁਰ ਕੇ ਸਿੱਖ ਹੋਹੇ ਅਧਕਾਈ, ਭਾਈ ਗੁਰੂ ਦੇ ਸਿੱਖ ਅੱਗੇ ਬਹੁਤ ਹੋਣਗੇ। ਹਮਰੀ ਸੇਵ ਕਰਹੇ ਮਨ ਲਾਈ, ਤੇ ਜਿੰਨੇ ਸਿੱਖ ਹੋਣਗੇ ਸਾਡੀ ਸੇਵਾ ਕਰਨਗੇ, ਕਿਉਂਕਿ ਅਸੀਂ ਗੁਰੂ ਨਾਨਕ ਸਾਹਿਬ ਤੋਂ ਵੱਡਾ ਆਪਣਾ ਲਿਖ ਦਿੱਤਾ ਹੈ, ਜਿਹੜਾ ਵਡੇਰਾ ਸੀ। ਹਮ ਕੋ ਮਨ ਹੈਗੇ ਬਹੁ ਮਾਨਵ, ਬਹੁਤ ਲੋਕੀ ਇਸ ਤਰ੍ਹਾਂ ਸਾਡੀ ਮੰਤਾ ਕਰਨਗੇ। ਲਿਖੀ ਅਧਗਤਾ ਲਿਖੀ ਅਧਿਕਤਾ ਔਰ ਇਹ ਮਾਨਵ, ਇਹਨਾਂ ਮਨੁੱਖਾਂ ਨੇ ਅਧਿਕਤਾ ਆਪਣੀ ਜ਼ਿਆਦਾ ਵਡਿਆਈ ਜਿਹੜੀ ਸੀ ਆਪਣੇ ਵੱਡੇ ਦੀ ਲਿਖ ਦਿੱਤੀ ਵੀ ਆਉਣ ਵਾਲੇ ਸਮੇਂ ਸਿੱਖ ਸੰਗਤਾਂ ਜਿਹੜੀਆਂ ਸਾਡੀ ਪੂਜਾ ਕਰਨਗੀਆਂ। ਪੂਰਬ ਪੋਥੀ ਹੁਤੀ ਜੋ ਸੋਈ, ਜਿਹੜੀ ਪਹਿਲਾਂ ਪੋਥੀ ਸ਼ੁੱਧ ਲਿਖੀ ਹੋਈ ਸੀ ਨਾ ਗੁਰੂ ਸਾਹਿਬ ਦੀ ਲਿਖਾਈ ਹੋਈ ਸੀ ਪਹਿਲੀ, ਦਈ ਬਿਪਾਸਾ ਬੀਚ ਡਬੋਈ, ਉਸ ਨੂੰ ਬਿਆਸਾ ਨਦੀ ਵਿੱਚ ਡੋਬ ਦਿੱਤਾ ਤੇ ਆਪਣੀ ਵਿਗਾੜ ਕੇ ਲਿਖੀ ਹੋਈ ਉਹ ਪ੍ਰਚਲਿਤ ਕਰ ਦਿੱਤੀ। ਪੰਨੇ ਛੇਦੇ ਦਏ ਬਿਹਾਈ, ਉਸ ਪੋਥੀ ਦੇ ਪੰਨੇ ਪਾੜ ਕਰਕੇ ਤੇ ਉਹ ਜਲ ਵਿੱਚ ਰੋੜ ਦਿੱਤੀ ਉਹਨਾਂ ਨੇ। ਜੋ ਸ੍ਰੀ ਗੁਰੂ ਅੰਗਦ ਲਿਖਵਾਈ, ਜੋ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਨੇ ਲਿਖਾਈ ਸੀ ਗੁਰੂ ਨਾਨਕ ਸਾਹਿਬ ਦੀ ਮਹਿਮਾ, ਤਿਹ ਕੋ ਤਾਤ ਪਰਜ ਸਭ ਚੀਨੇ, ਉਸ ਦਾ ਸਿਧਾਂਤ ਸਾਰਾ ਕਹਿੰਦੇ ਅਸੀਂ ਜਾਣ ਕੇ। ਅਧਿਕ ਬਚਨ ਆਪਣੇ ਲਿਖ ਦੀਨੇ, ਇਸ ਪ੍ਰਕਾਰ ਬਹੁਤ ਸਾਰੇ ਬਚਨ ਇਹਨਾਂ ਨੇ ਆਪ ਲਿਖ ਦਿੱਤੇ ਸੀ। ਦੋਹਰਾ ਪੋਥੀ ਲਿਖੀ ਜੋ ਅਨਤਗਤ, ਅਨੇਕ ਤਰੀਕੇ ਦੇ ਨਾਲ ਜਿਹੜੀ ਇਹਨਾਂ ਨੇ ਹੋਰ ਪੋਥੀ ਲਿਖੀ ਸੀ। ਸੁਣ ਸਰੋਤਾ ਮਨ ਲਾਏ, ਸਰੋਤਾ ਜਨੋ ਮਨ ਲਾ ਕੇ ਸੁਣੋ, ਤਿਹ ਤੇ ਪੋਥੀ ਸਭ ਲਿਖੀ, ਉਸੇ ਤੋਂ ਅੱਗੇ ਪੋਥੀਆਂ ਹੋਰ ਲਿਖੀਆਂ ਗਈਆਂ ਉਤਾਰੇ ਹੋ ਗਏ। ਸਾਕਤ ਜੌਨ ਬਣਾਏ, ਜੋ ਇਹਨਾਂ ਸਾਕਤਾਂ ਮਨਮੁਖ ਲੋਕਾਂ ਨੇ ਲਿਖੀ ਸੀ। ਚੌਪਈ ਜੇ ਹੈ ਨਰ ਸਤਿਗੁਰ ਸਿੱਖ ਪੂਰਨ, ਜਿਹੜੇ ਮਨੁੱਖ ਸਤਿਗੁਰੂ ਜੀ ਦੇ ਪੂਰਨ ਗੁਰਸਿੱਖ ਹਨ ਸ਼ਰਧਾ ਵਾਲੇ। ਦੁਰਮਤ ਭਰਮ ਭਇਓ ਜਿਨ ਚੂਰਨ, ਜਿਹਨਾਂ ਦਾ ਖੋਟੀ ਮਤ ਵਾਲਾ ਭਰਮ ਨਾਸ ਹੋ ਚੁੱਕਾ ਹੁੰਦਾ ਹੈ। ਸੇ ਮਹਿਮਾ ਸ੍ਰੀ ਨਾਨਕ ਜਨ ਹੈ, ਉਹ ਧੰਨ ਗੁਰੂ ਨਾਨਕ ਸਾਹਿਬ ਦੀ ਮਹਿਮਾ ਨੂੰ ਜਾਣਦੇ ਹਨ। ਜੇ ਨਿਜ ਗੁਰ ਕੋ ਭੇਵ ਪਛਾਣ ਹੈ, ਜਿਹੜੇ ਆਪਣੇ ਗੁਰੂ ਸਾਹਿਬ ਜੀ ਦੇ ਭੇਦ ਨੂੰ ਪਛਾਣਦੇ ਹਨ। ਨਹਿ ਮਨ ਹੈ ਦੁਰਮਤ ਕਹਿ ਸਾਖੀ, ਉਹ ਖੋਟੇ ਮਤ ਵਾਲਿਆਂ ਦੀ ਕੀਤੀ ਹੋਈ ਸਾਖੀ ਨੂੰ ਉਹ ਮੰਨਦੇ ਨਹੀਂ ਹਨ। ਜੌਨ ਦਰਸ ਨਾਨਕ ਅਭਿਲਾਖੀ, ਜਿਹਨਾਂ ਦੇ ਮਨ ਵਿੱਚ ਧੰਨ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਦੀ ਇੱਛਾ ਅਭਿਲਾਸ਼ਾ ਹੈ। ਜੇ ਮਨ ਹੈ ਸਾਕਤ ਕੋ ਕਹਿਓ, ਜਿਹੜੇ ਲੋਕ ਕਹਿੰਦੇ ਨੇ ਸਾਕਤਾਂ ਦਾ ਕਿਹਾ ਹੋਇਆ ਮੰਨਦੇ ਹਨ। ਤਿੰਨ ਤੇ ਸਿੱਖੀ ਮਾਰਗ ਰਹਿਓ, ਉਹਨਾਂ ਤੋਂ ਸਿੱਖੀ ਦਾ ਮਾਰਗ ਜਿਹੜਾ ਦੂਰ ਰਹਿ ਜਾਂਦਾ ਹੈ। ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਕਵੀ ਜੀ ਦਰਸਾ ਰਹੇ ਨੇ ਹੁਣ ਵੀ ਐਸਾ ਹੈ ਕਿ ਜਿਹੜੀਆਂ ਗੁਰੂ ਨਾਨਕ ਦੀਆਂ ਜਨਮ ਸਾਖੀਆਂ ਪੜ੍ਹਾਂਗੇ ਉਹਨਾਂ ਵਿੱਚ ਹਿੰਦਾਲ ਦੀ ਸਿਫਤ ਲਿਖੀ ਹੋਈ ਹੈ,
ਕਬੀਰ ਦੀ ਸਿਫਤ ਲਿਖੀ ਹੋਈ ਹੈ। ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਕਹਿੰਦੇ ਕਬੀਰ ਸੱਚਖੰਡ ਗਿਆ ਸੀ ਸੁਣਦੇ ਹਾਂ, ਹਿੰਦਾਲ ਦਾ ਐਵੇਂ ਲਿਖ ਦਿੱਤਾ ਹੈ। ਤੋ ਭਾਈ ਸਾਹਿਬ ਜੀ ਦਰਸਾ ਰਹੇ ਨੇ ਵੀ ਜਿਹੜੀ ਸੋ ਭਾਈ ਬਾਲਾ ਜੀ ਤੋਂ ਗੁਰੂ ਅੰਗਦ ਦੇਵ ਸਾਹਿਬ ਨੇ ਪੋਥੀ ਲਿਖਾਈ ਸੀ, ਗੁਰੂ ਰਾਮਦਾਸ ਦੇ ਸਮੇਂ ਤੱਕ ਇੱਕੋ ਹੀ ਪੋਥੀ ਰਹੀ, ਉਹ ਇਹ ਹੰਧਾਲੀਏ ਸਿੱਖਾਂ ਦੇ ਹੱਥ ਵਿੱਚ ਆ ਗਈ। ਇਹਨਾਂ ਨੇ ਉਹਦੇ ਵਿੱਚ ਵਿਗਾੜ ਪਾ ਦਿੱਤਾ, ਕਬੀਰ ਪੰਥੀ ਲਹਿਣਾ ਸਿੰਘ ਹੋਇਆ ਹੈ, ਇਹ ਹੰਧਾਲੀਆਂ ਦਾ ਇੱਕ ਸਿੱਖ ਹੋਇਆ। ਉਹਨਾਂ ਨੇ ਲਿਖ ਕਰਕੇ ਉਹ ਜਿਹੜੀ ਮਹਾਰਾਜ ਦੀ ਅਸਲ ਸਾਖੀ ਸੀ, ਜਨਮ ਸਾਖੀ, ਉਹ ਸਾਰੀ ਪਾੜ ਕਰਕੇ ਵਿਆਸਾ ਰਦੀ ਵਿੱਚ ਰੋੜ ਦਿੱਤੀ ਅਤੇ ਆਪ ਆਪਣੀ ਮਰਜ਼ੀ ਨਾਲ ਬਣਾ ਕਰਕੇ ਉਹ ਜਨਮ ਸਾਖੀ ਪ੍ਰਚਲਿਤ ਕਰ ਦਿੱਤੀ। ਹੁਣ ਭਾਈ ਸਾਹਿਬ ਕਹਿੰਦੇ ਨੇ ਭਾਈ ਜਿਹੜੇ ਗੁਰਸਿੱਖ ਗੁਰੂ ਨਾਨਕ ਦੇ ਵਿੱਚ ਨਿਸ਼ਚਾ ਰੱਖਣ ਵਾਲੇ ਨੇ, ਜਿਹਨਾਂ ਦੀ ਖੋਟੀ ਮਤ ਦੂਰ ਹੋਈ ਹੈ, ਉਹ ਫਿਰ ਇਸ ਪ੍ਰਕਾਰ ਉਹਨਾਂ ਦੀਆਂ ਇਹੋ ਜਿਹੀਆਂ ਵਿਗਾੜੀਆਂ ਹੋਈਆਂ ਸਾਖੀਆਂ ਨੂੰ ਮੰਨਦੇ ਨਹੀਂ। ਉਹ ਤਾਂ ਭਾਈ ਗੁਰੂ ਨਾਨਕ ਦੀਆਂ ਬਰਕਤਾਂ ਮਾਣਦੇ ਨੇ ਅਤੇ ਜਿਹੜੇ ਮਨਮੁੱਖ ਲੋਕ ਨੇ ਉਹ ਉਹਨਾਂ ਨੂੰ ਹੀ ਮੰਨ ਕਰਕੇ ਅਤੇ ਉੱਥੇ ਟਿਕੇ ਰਹਿੰਦੇ ਹਨ। ਗੁਰ ਸ਼ਰਧਾ ਜਿਨ ਕੇ ਉਰ ਹੋਈ, ਭਾਈ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਗੁਰੂ ਦੀ ਸ਼ਰਧਾ ਹੁੰਦੀ ਹੈ, ਕਹਿਤ ਸੁਣਤ ਗੁਰ ਸਾਖੀ ਸੋਈ, ਉਹ ਫਿਰ ਧੰਨ ਗੁਰੂ ਸਾਹਿਬ ਜੀ ਦੀ ਸਾਖੀ ਨੂੰ ਕਹਿੰਦੇ ਨੇ, ਸੁਣਦੇ ਨੇ, ਨਿਸ਼ਚਾ ਕਰਦੇ ਹਨ। ਪੈਸਮ ਪੀਵ ਹੈ ਬਿਨ ਤ੍ਰਿਪਤਾਈ, ਉਹ ਫਿਰ ਇਸ ਪ੍ਰਕਾਰ ਦੁੱਧ ਵਾਂਗ ਗੁਰੂ ਸਾਹਿਬ ਜੀ ਦੁੱਧ ਪੀਂਦਾ ਹੈ। ਇਸ ਤਰ੍ਹਾਂ ਗੁਰੂ ਸਾਹਿਬ ਦਾ ਸੁੰਦਰ ਸੱਚਾ ਜਸ ਸੁਣ ਕਰਕੇ ਫਿਰ ਰੱਜਦੇ ਨਹੀਂ ਹਨ। ਸੁਖ ਪਾਵ ਹੈ ਅੱਗੇ ਇਹ ਥਾਈ, ਉਹ ਕਹਿੰਦੇ ਇੱਥੇ ਵੀ ਸੁੱਖ ਅਤੇ ਅੱਗੇ ਪ੍ਰਲੋਕ ਵਿੱਚ ਉਹੋ ਹੀ ਸਿੱਖ ਸੁੱਖ ਪਾਉਂਦੇ ਹਨ ਜਿਹਨਾਂ ਦਾ ਇਹੋ ਮਹਾਰਾਜ ਦੇ ਚਰਨਾਂ ਵਿੱਚ ਦ੍ਰਿੜ ਨਿਸ਼ਚਾ ਹੋ ਜਾਂਦਾ ਹੈ। ਦੋਹਰਾ ਸ੍ਰੀ ਨਾਨਕ ਜਸ ਖੀਰ ਸਮ, ਧੰਨ ਸਤਿਗੁਰੂ ਨਾਨਕ ਸਾਹਿਬ ਦਾ ਜਸ ਪਾਈ ਦੁੱਧ ਵਰਗਾ ਹੈ। ਵਿਦਤ ਦੇਤ ਅਹਿਲਾਦ, ਪ੍ਰਗਟ ਹੀ ਬੜਾ ਭਾਰੀ ਆਨੰਦ ਬਖਸ਼ਿਸ਼ ਕਰਨ ਵਾਲਾ ਹੈ ਜੀ। ਛੰਦ ਚੌਪਈ ਬੰਦ ਜੋ, ਜਿਹਦੇ ਵਿੱਚ ਚੌਪਈਆਂ ਤੇ ਇਸ ਪ੍ਰਕਾਰ ਛੰਦ ਬਣਾ ਕਰਕੇ, ਮਿਸ਼ਟ ਸਹਿਤ ਭਾ ਸਵਾਦ, ਜਿਹਦਾ ਭਾਈ ਮਿੱਠਾ ਭਾਰੀ ਸਵਾਦ ਹੈ, ਐਸਾ ਮੇਰੇ ਸਤਿਗੁਰੂ ਪਾਤਸ਼ਾਹ ਦਾ ਪਵਿੱਤਰ ਜਿਹੜਾ ਇਤਿਹਾਸ ਹੈ ਨਾ, ਸੋ ਛੰਦਾਂ ਵਿੱਚ ਚੌਪਈਆਂ ਦੇ ਵਿੱਚ ਪਾ ਕਰਕੇ ਬਣਾਇਆ ਹੈ, ਸ਼ਹਿਦ ਵਰਗਾ ਮਿੱਠਾ ਇਹਦੇ ਵਿੱਚ ਆਨੰਦ ਹੈ। ਜਿਹੜੇ ਇਸ ਪ੍ਰਕਾਰ ਗੁਰੂ ਪਾਤਸ਼ਾਹ ਜੀ ਦੇ ਸੁੰਦਰ ਇਤਿਹਾਸ ਨੂੰ ਕਵੀ ਜੀ ਕਹਿੰਦੇ ਨੇ ਸੁਣਦੇ ਨੇ, ਉਹ ਆਨੰਦ ਮਾਣਦੇ ਹਨ, ਕਿਉਂਕਿ ਸੋ ਸਰੋਤਿਆਂ ਨੇ ਇਹ ਸ਼ੰਕਾ ਕੀਤੀ ਸੀ, ਮਹਾਰਾਜ ਲੋਕ ਹੋਰ ਤਰ੍ਹਾਂ ਗੁਰੂ ਦੀਆਂ ਸਾਖੀਆਂ ਸੁਣਾਉਂਦੇ ਨੇ ਅਤੇ ਤੁਸੀਂ ਇਸ ਤਰ੍ਹਾਂ ਸੁਣਾ ਰਹੇ ਹੋ। ਉਹਨਾਂ ਨੇ ਇਸ ਗੱਲ ਦਾ ਨਿਰਣਾ ਕੀਤਾ, ਜੋ ਮਿਲਾਵਟ ਪਾਈ ਸੀ ਅਸੀਂ ਗੁਰਸਿੱਖ ਹੋਣ ਦੇ ਨਾਤੇ ਉਸ ਨੂੰ ਦੂਰ ਕੀਤਾ ਹੈ, ਗੁਰੂ ਨਾਨਕ ਸਾਹਿਬ ਦੀ ਸ਼ਰਧਾ ਅਤੇ ਭਰੋਸਾ ਦੇਣ ਵਾਲੇ ਗੁਰੂ ਸਾਹਿਬ ਦੇ ਬਚਨ ਜਿਹੜੇ ਨੇ ਉਹ ਅਸੀਂ ਆਨੰਦ ਦੇਣ ਵਾਲੇ ਜਿਹੜੇ ਨੇ ਉਹਨਾਂ ਨੂੰ ਅਸੀਂ ਸੋਧ ਕਰਕੇ ਇਸ ਪ੍ਰਕਾਰ ਇਹ ਇਤਿਹਾਸ ਲਿਖ ਰਹੇ ਹਾਂ। ਤੋ ਸਤਿਗੁਰੂ ਪਾਤਸ਼ਾਹ ਜੀ ਨੇ ਮਹਾਨ ਬਖਸ਼ਿਸ਼ ਕੀਤੀ ਹੈ, ਕਵੀ ਸੰਤੋਖ ਸਿੰਘ ਜੀ ਨੂੰ ਬਖਸ਼ਿਸ਼ਾਂ ਕਰਕੇ ਹਜ਼ੂਰ ਜੀ ਨੇ ਇਹ ਸੁੰਦਰ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਉਹਨਾਂ ਤੋਂ ਛੰਦਾਬੰਦੀ ਵਿੱਚ ਲਿਖਵਾਇਆ, ਜਿਸ ਦਾ ਸਮੁੱਚੇ ਪੰਥ ਵਿੱਚ ਥਾਵਾਂ ਥਾਵਾਂ 'ਤੇ ਇਸ ਤਰੀਕੇ ਦੇ ਨਾਲ ਕਥਾ ਦੁਆਰਾ ਜਸ ਕਰ ਸੁਣ ਕਰਕੇ ਆਨੰਦ ਮਾਣਿਆ ਜਾਂਦਾ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਬਖਸ਼ਿਸ਼ ਕਰਨ, ਸਤਿਗੁਰਾਂ ਦਾ ਪਵਨ ਪਵਿੱਤਰ ਜਸ ਸਾਡੇ ਹਿਰਦੇ 'ਚ ਵਸੇ, ਜਿਸ ਦੇ ਧਾਰਨੀ ਹੋ ਕਰਕੇ ਲੋਕ ਸੁਖੀਏ ਪ੍ਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀਆਂ ਵਰਤਾਂ ਦੇ ਪਾਤਰ ਬਣੀਏ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਦੇਹੋ ਸੱਜਣ ਅਸੀਸਣੀਆਂ, ਜੋ ਹੋਵੇ ਸਹਿਬ ਸੋ ਮੇਲੇ ਦੀ ਦਾਤ ਪ੍ਰਾਪਤ ਹੋਵੇ। ਦੋਹਰਾ ਸ੍ਰੀ ਨਾਨਕ ਜਸ ਖੀਰ ਸਮ, ਵਿਦਤ ਦੇਤ ਅਹਿਲਾਦ, ਛੰਦ ਚੌਪਈ ਬੰਦ ਜੋ, ਮਿਸ਼ਟ ਸਹਿਤ ਭਾ ਸਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ